ਜੱਗ ਪੰਜਾਬੀ ਟੀਵੀ ਦੇਖਣ ਵਾਲੇ ਸਾਰੇ ਹੀ ਸਤਿਕਾਰਯੋਗ ਦਰਸ਼ਕਾਂ ਨੂੰ ਸਤਵਿੰਦਰ ਸਿੰਘ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਆ ਦੋਸਤੋ, ਜ਼ਿੰਦਗੀ ਅੱਜ ਦੀ ਖਾਸ ਕਰਕੇ ਬੜੀ ਰੁਝੇਵਿਆਂ ਭਰਪੂਰ ਹੋ ਗਈ ਹੈ। ਟੈਨਸ਼ਨਸ ਵੀ ਬਹੁਤ ਹੋ ਗਈਆਂ, ਜਿੱਥੇ ਟੈਕਨੋਲੋਜੀ ਨੇ ਇੰਨੀ ਜ਼ਿਆਦਾ ਤਰੱਕੀ ਕਰ ਲਈ ਹੈ ਕਿ ਸਾਡੇ ਕੰਮ ਫਟਾਫਟ ਹੁੰਦੇ ਨੇ। ਉਸੇ ਦੇ ਨਾਲ ਨਾਲ ਜਿਹੜਾ ਹੈ, ਅਸੀਂ ਟੈਕਨੋਲੋਜੀ ਦੇ ਵਿੱਚ ਹੀ ਇੰਨੇ ਜ਼ਿਆਦਾ ਬਿਜ਼ੀ ਹੋ ਗਏ ਹਾਂ ਔਰ ਜ਼ਿੰਦਗੀ ਦੇ ਵਿੱਚ ਇੰਨੀਆਂ ਜ਼ਿਆਦਾ ਟੈਨਸ਼ਨਸ ਨੇ, ਕਦੀ ਹੱਸਣ ਦਾ ਮੌਕਾ ਹੀ ਨਹੀਂ ਮਿਲਦਾ ਹੈਗਾ, ਕਦੀ ਚੰਗੇ ਪਲ ਗੁਜ਼ਾਰਨ ਦਾ ਜਿਹੜਾ ਮੌਕਾ ਹੀ ਨਹੀਂ ਮਿਲਦਾ ਹੈਗਾ। ਹਾਲਾਂਕਿ ਪੰਜਾਬੀ ਜਿਹੜੇ ਨੇ ਇਹ ਹਮੇਸ਼ਾ ਚੜ੍ਹਦੀ ਕਲਾ ਦੇ ਵਿੱਚ ਰਹਿੰਦੇ ਨੇ, ਅਤੇ ਜੇ ਆਪਾਂ ਹਾਸਰਸ ਦੀ ਗੱਲ ਕਰੀਏ ਜਾਂ ਕਮੇਡੀ ਦੀ ਗੱਲ ਕਰੀਏ ਤਾਂ ਪੰਜਾਬੀ ਇਹਦੇ ਵਿੱਚ ਮੋਹਰੀ ਨੇ। ਅਤੇ ਅੱਜ ਰੂਬਰੂ ਪ੍ਰੋਗਰਾਮ ਦੇ ਵਿੱਚ ਮੈਂ ਇਹੋ ਜਿਹੀ ਸ਼ਖਸੀਅਤ ਨਾਲ ਤੁਹਾਡੇ ਨਾਲ ਮੁਲਾਕਾਤ ਕਰਵਾ ਰਿਹਾ ਜਿਹੜੇ ਕਿ ਹਾਸੇ ਵੰਡਦੇ ਨੇ। ਕਹਿੰਦੇ ਵੀ ਹਾਸੇ ਵੰਡਣਾ ਜਿਹੜਾ ਹੈ ਉਹ ਸਭ ਤੋਂ ਮੈਨੂੰ ਲੱਗਦਾ ਕਿ ਵਧੀਆ ਕੰਮ ਹੈਗਾ ਅੱਜ ਕੱਲ੍ਹ ਦੀ ਸਟ੍ਰੈਸਫੁੱਲ ਲਾਈਫ ਦੇ ਵਿੱਚ। ਅਤੇ ਜਿਹੜੀ ਸ਼ਖਸੀਅਤ ਅੱਜ ਸਾਡੇ ਨਾਲ ਸ਼ਾਮਿਲ ਨੇ, ਤੁਸੀਂ ਬਖੂਬੀ ਉਹਨਾਂ ਨੂੰ ਜਾਣਦੇ ਹੋ। ਮੇਰੇ ਨਾਲ ਸ਼ਾਮਿਲ ਨੇ ਸਰਦਾਰ ਤਰਲੋਕ ਸਿੰਘ ਚੁੱਗ। ਸਰਦਾਰ ਤਰਲੋਕ ਸਿੰਘ ਚੁੱਗ ਜੀ, ਪਿਆਰ ਭਾਈ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ, ਬਹੁਤ ਬਹੁਤ ਧੰਨਵਾਦ ਸਤਵਿੰਦਰ ਸਿੰਘ ਜੀ, ਤੁਸੀਂ ਮੈਨੂੰ ਸਭ ਦੇ ਰੂਬਰੂ ਕਰਵਾਇਆ ਹੈ ਜੱਗ ਪੰਜਾਬੀ ਦਾ, ਮੈਂ ਬਹੁਤ ਧੰਨਵਾਦ ਕਰਦਾ। ਔਰ ਤੁਸੀਂ ਵੀ ਬੜੀ ਪੰਜਾਬੀ ਦੀ ਸੇਵਾ ਕਰ ਰਹੇ ਹੋ, ਬੜੇ ਨੇਕ ਕੰਮ ਕਰ ਰਹੇ ਹੋ, ਔਰ ਮੈਨੂੰ ਬੜੀ ਖੁਸ਼ੀ ਹੋ ਰਹੀ ਹੈ ਅੱਜ ਤੁਹਾਡੇ ਨਾਲ ਬਹਿ ਕੇ ਗੱਲਬਾਤ ਕਰੇ। ਸਰਦਾਰ ਤਰਲੋਕ ਸਿੰਘ ਚੁੱਗ ਹੋਣਾ ਤੇ ਚੁਟਕਲੇ ਕਾਫੀ ਲੋਕਾਂ ਨੇ ਸੁਣੇ ਨੇ, ਚੁੱਗ ਦੇ ਚੁਟਕਲੇ ਤੇ ਜਿਹੜੇ ਹੈਗਾ ਹੱਸਦੇ ਰਹੋ ਵਸਦੇ ਰਹੋ, ਇਹਨਾਂ ਦੀ ਟੈਗ ਲਾਈਨਸ ਹੈਗੀ ਆ। ਔਰ ਮੈਨੂੰ ਲੱਗਦਾ ਨਹੀਂ ਹੈਗਾ ਕਿ ਸ਼ਾਇਦ ਲੋਕ ਤੁਹਾਨੂੰ ਪਹਿਲੀ ਵਾਰੀ ਵੇਖ ਰਹੇ ਨੇ, ਆਪਾਂ ਗੱਲਾਂ ਬਾਤਾਂ ਤੁਹਾਡੇ ਨਾਲ ਜੀ ਪਹਿਲੀ ਵਾਰੀ ਕਰ ਰਹੇ ਹੈਗੇ। ਇਹ ਸਰਦਾਰ ਤਰਲੋਕ ਸਿੰਘ ਜੀ ਇੱਦਾਂ ਦੀ ਪਰਸਨੈਲਿਟੀ ਕਿ ਤੁਹਾਨੂੰ ਵੇਖ ਕੇ ਹਾਸਾ ਆ ਜਾਂਦਾ ਹੈਗਾ, ਬੰਦੇ ਦੇ ਚਿਹਰੇ ਤੇ ਮੁਸਕਾਨ ਆ ਜਾਂਦੀ ਹੈਗੀ ਆ। ਮੈਨੂੰ ਇਹ ਬੜਾ ਚੰਗਾ ਲੱਗਦਾ, ਬੜੀ ਖੁਸ਼ੀ ਹੁੰਦੀ ਹੈ ਜੀ। ਔਰ ਇਹ ਸਾਰਾ ਕਰਨ ਕਰਾਉਣ ਵਾਲੇ ਦੋਸਤੋ ਸਾਥੀਓ ਤੁਸੀਂ ਹੀ ਹੋ। ਮੈਂ ਤਾਂ ਵੈਸੇ ਹੀ ਸ਼ੁਗਲ ਹੈ, ਚੁਟਕਲੇ ਸੁਣਾਉਣ ਦਾ ਮੇਰਾ ਸ਼ੌਂਕ ਹੈਗਾ ਤੇ ਮੈਂ ਸੁਣਾਉਂਦਾ ਰਹਿੰਦਾ, ਪਰ ਤੁਸੀਂ ਕਮਾਲ ਕਰ ਰਹੇ ਹੋ। ਜਿਹੜੀ ਵੀਡੀਓ ਇੱਕ ਤੋਂ ਇੱਕ ਅੱਗੇ ਭੇਜੀ ਜਾ ਰਹੇ ਹੋ, ਭੇਜੀ ਜਾ ਰਹੇ ਹੋ ਇੱਕ ਦੂਜੇ ਨੂੰ, ਉਹ ਸਾਰੀਆਂ ਵੀਡੀਓ ਵਾਇਰਲ ਕਰਾਉਣ ਵਾਲੇ ਤੁਸੀਂ ਹੋ, ਬਲਕਿ ਆਪਾਂ ਸਾਰੇ ਮਿਲ ਗਏ ਹਾਂ। ਇਹ ਸਾਰਾ ਸੰਸਾਰ ਇੱਕ ਨਾ ਛੋਟਾ ਜਿਹਾ ਪਿੰਡ ਬਣ ਗਿਆ, ਬਿਲਕੁਲ। ਤੇ ਉਹ ਸਰਹੱਦਾਂ ਖਤਮ ਹੋ ਗਈਆਂ, ਸਰਹੱਦਾਂ ਖਤਮ ਹੋ ਗਈਆਂ, ਬਿਲਕੁਲ ਜੀ, ਬਿਲਕੁਲ। ਜਿੱਥੇ ਅੱਜ ਕੱਲ੍ਹ ਅਸੀਂ ਇਹ ਦੇਖ ਰਹੇ ਹੈਗੇ ਆ ਕਿ ਨੈਗੇਟਿਵਿਟੀ ਬਹੁਤ ਸ਼ੇਅਰ ਹੁੰਦੀ ਹੈਗੀ, ਕੋਈ ਮਾੜੀ ਜਿਹੀ ਕੋਈ ਨੈਗੇਟਿਵ ਹੋਵੇ ਉੱਥੇ ਦੇ ਤਰੇ ਦੀ ਅੱਗੇ ਸ਼ੇਅਰ ਕਰੀ ਜਾਂਦੇ, ਨੈਗੇਟਿਵਿਟੀ ਆਪਾਂ ਫਲਾਉਣ ਵਿੱਚ ਬੜੇ ਮਾਹਰ ਹੈਗੇ ਹਾਂ, ਹੈ ਨਾ। ਪੋਜ਼ਿਟਿਵਿਟੀ ਜਿਹੜੀ ਹੈਗੀ ਆਪਾਂ ਨਹੀਂ ਫਲਾਉਂਦੇ, ਪਰ ਹਾਸਰਸ ਜਿਹੜੀ ਗੱਲ ਹੁੰਦੀ ਉਹ ਆਪਾਂ ਜ਼ਰੂਰ ਸ਼ੇਅਰ ਕਰਦੇ ਹੈਗੇ ਹਾਂ, ਹੈ ਨਾ। ਅਤੇ ਜੇ ਆਪਾਂ ਕੋਈ ਗੱਲ ਸ਼ੇਅਰ ਕਰਦੇ ਹਾਂ, ਕੋਈ ਵੀਡੀਓ, ਕੋਈ ਜੋਕ, ਕੋਈ ਇਹੋ ਜਿਹੀ, ਹੈ ਨਾ, ਗੱਲ ਆਪਾਂ ਸ਼ੇਅਰ ਕਰਦੇ ਹਾਂ ਅਤੇ ਦੂਸਰੇ ਦੇ ਚਿਹਰੇ ਦੇ ਵੀ ਜੇ ਮੁਸਕਾਨ ਆਉਂਦੀ ਹੈ, ਤਾਂ ਇਹਦਾ ਮਤਲਬ ਤੁਸੀਂ ਵਧੀਆ ਪਰਪਸ ਜਿਹੜਾ ਹੈਗਾ ਸੋਲਵ ਕਰ ਰਹੇ ਹੈਗੇ ਹੋ। ਬੜੀ ਸੋਹਣੀ ਗੱਲ ਕਹੀ ਹੈ ਤੁਸੀਂ, ਬਹੁਤ ਖੂਬਸੂਰਤ ਗੱਲ ਕਹੀ ਹੈ। ਵੀ ਇੰਨੀ ਨੈਗੇਟਿਵ ਸੀ, ਨੈਗੇਟਿਵਿਟੀ ਸੰਸਾਰ ਵਿੱਚ ਹੋਣ ਦੇ ਬਾਵਜੂਦ ਵੀ ਲੋਕ ਖੁਸ਼ ਹੋਣਾ ਚਾਹੁੰਦੇ ਆ, ਔਰ ਜੋ ਰਿਸਪੋਂਸ ਮਿਲਦਾ ਹੈ ਨਾ, ਉਹ ਲੋਕ ਇੰਨਾ ਹੱਸ ਕੇ ਮਿਲਦੇ ਨੇ, ਮੁਸਕਰਾ ਕੇ ਮਿਲਦੇ ਨੇ। ਮੇਰੀਆਂ ਧੀਆਂ, ਮੇਰੀਆਂ ਭੈਣਾਂ, ਮੇਰੀਆਂ ਮਾਵਾਂ, ਮੇਰੇ ਭਰਾ, ਛੋਟੇ ਬੱਚੇ ਵੀ ਇੰਝ ਮਿਲਦੇ ਨੇ ਨਾ, ਤੇ ਮੈਂ ਹੈਰਾਨ ਹੋ ਜਾਂਦਾ। ਫਿਰ ਮੈਂ ਉਹਨਾਂ ਨੂੰ ਕਹਿੰਦਾ ਵੀ ਮੈਂ ਵੀਡੀਓ ਭੇਜਦਾ, ਉਹਦੇ ਨਾਲ ਲੋਕਾਂ ਦੇ ਚਿਹਰੇ ਤੇ ਮੁਸਕਰਾਹਟ ਆਉਂਦੀ, ਹਾਸੇ ਆਉਂਦੇ ਨੇ, ਪਰ ਜਦੋਂ ਉਹ ਰੂਬਰੂ ਮੈਨੂੰ ਮਿਲਦੇ ਨੇ, ਉਹ ਵਾਪਸ ਮੈਨੂੰ ਦੇ ਦਿੰਦੇ ਨੇ ਮੁਸਕਰਾਹਟਾਂ ਹੋਈਆਂ। ਇਸੇ ਤਰ੍ਹਾਂ ਜੋ ਅਸੀਂ ਭੇਜਦੇ ਹਾਂ ਉਹ ਹੀ ਸਾਨੂੰ ਮਿਲ ਜਾਂਦਾ। ਔਰ ਵਾਕਈ ਲੋਕ ਇੱਥੋਂ, ਸਤਿੰਦਰ ਸਿੰਘ ਜੀ, ਇਹ ਹੈ ਬਈ ਲੋਕ ਖੁਸ਼ ਹੋਣਾ ਚਾਹੁੰਦੇ, ਬਿਲਕੁਲ। ਸਟ੍ਰੈਸਫੁੱਲ ਲਾਈਫ ਦੇ ਵਿੱਚ ਕਿਤੇ ਨਾ ਕਿਤੇ ਕੁਝ ਭਾਵੇਂ ਇੱਕ ਚੰਗਿਆਰੀ ਵੀ ਹੋਵੇ ਤੇ ਉਹਦੇ ਨਾਲ ਵੀ ਜਿਹੜਾ ਹੈਗਾ ਕਿ ਹੱਸ ਤੁਹਾਡੇ ਚਿਹਰੇ ਤੇ ਬੁੱਲਾਂ ਤੇ ਮਾੜੀ ਜਿਹੀ ਮੁਸਕਾਨ ਵੀ ਆ ਜਾਂਦੀ, ਤੁਹਾਡਾ ਦਿਨ ਵਧੀਆ ਹੋ ਜਾਂਦਾ ਹੈਗਾ। ਬਿਲਕੁਲ ਜੀ, ਹਰ ਕੋਈ ਇਹੀ ਚਾਹੁੰਦਾ ਜੀ। ਤੇ ਅੱਜ ਸਾਡਾ ਪਰਪਸ ਹੈਗਾ ਕਿ ਉਹ ਸ਼ਖਸ ਜਿਹੜੇ ਕਿ ਹਾਸੇ ਵੰਡਦੇ ਨੇ, ਅੱਜ ਕੱਲ੍ਹ ਕਮੇਡੀ ਕਿੰਗ ਬਣੇ ਹੋਏ ਨੇ, ਤੇ ਉਹਨਾਂ ਦੇ ਬਾਰੇ ਜਾਣਕਾਰੀ ਲਈਏ ਅਤੇ ਆਪਣੇ ਦਰਸ਼ਕਾਂ ਦੇ ਨਾਲ ਸਾਂਝੀ ਕਰੀਏ ਕਿ ਸਰਦਾਰ ਤਰਲੋਕ ਸਿੰਘ ਚੁੱਗ ਕਿੱਥੇ ਜੰਮੇ, ਕਿੱਥੇ ਵੱਡੇ ਹੋਏ, ਕਿੱਥੇ ਐਜੂਕੇਸ਼ਨ ਲਈ, ਕੈਨੇਡਾ ਕਿਸ ਤਰ੍ਹਾਂ ਪਹੁੰਚੇ? ਸਾਥੀਓ, ਮੇਰਾ ਜਨਮ ਹੋਇਆ ਸੀ ਫਰੀਦਾਬਾਦ ਪਿੰਡ ਹੈ, ਜ਼ਿਲ੍ਹਾ ਸ਼ੇਖੂਪੁਰਾ, ਨਨਕਾਣਾ ਸਾਹਿਬ ਦੇ ਕੋਲ, ਪਾਕਿਸਤਾਨ ਦੇ ਵਿੱਚ। ਮੇਰੀ ਪੈਦਾਇਸ਼ ਪਾਕਿਸਤਾਨ ਦੀ ਹੈ। 47 ਵਿੱਚ ਅਸੀਂ ਇੰਡੀਆ ਆ ਗਏ, ਅਤੇ ਉਸੇ ਤਰ੍ਹਾਂ ਇਹ ਵੀ ਇੱਕ ਕਿਸਮ ਦੀ ਨਾ ਸਾਡੀ ਵੀ ਇੱਕ ਇਹ ਸੈਕਰੀਫਾਈਸ ਸੀ ਜਿਹੜੇ ਮੂਵਮੈਂਟ ਹੁੰਦੀ ਹੈ। ਅਸੀਂ ਗੱਡਿਆਂ 'ਤੇ ਆਏ, ਕਾਫਲਿਆਂ ਦੇ ਨਾਲ ਆਏ, ਬੜਾ ਔਖਾ ਸਮਾਂ ਵੀ ਦੇਖਿਆ। ਅਤੇ ਆਉਂਦਿਆਂ ਫਿਰ ਅਸੀਂ ਲੁਧਿਆਣੇ ਆ ਗਏ, ਠੀਕ ਹੈ।
ਲੁਧਿਆਣੇ ਮੇਰਾ ਬਚਪਨ ਬੀਤਿਆ। ਅੱਛਾ, ਬੜਾ ਸੋਹਣਾ ਉੱਥੇ ਵਕਤ, ਉਹ ਸਾਰੀਆਂ ਗੱਲਾਂ ਯਾਦ ਆਉਂਦੀਆਂ ਨੇ ਬਚਪਨ ਦੀਆਂ। ਫਿਰ 1960 ਵਿੱਚ ਤਕਰੀਬਨ ਚੰਡੀਗੜ੍ਹ ਉਦੋਂ ਹੀ ਬਣਿਆ ਸੀ, ਸਾਰੀਆਂ ਟਰਾਂਸਫਰਾਂ ਹੋ ਗਈਆਂ ਚੰਡੀਗੜ੍ਹ ਤੇ ਅਸੀਂ ਚੰਡੀਗੜ੍ਹ ਆ ਗਏ। ਠੀਕ ਹੈ, ਚੰਡੀਗੜ੍ਹ ਹੀ ਮੇਰੀ ਐਜੂਕੇਸ਼ਨ, ਮੈਂ ਪ੍ਰੋਡਕਸ਼ਨ ਇੰਜੀਨੀਅਰਿੰਗ ਕੀਤੀ ਚੰਡੀਗੜ੍ਹ ਪੰਜਾਬ ਇੰਜੀਨੀਅਰਿੰਗ ਕਾਲਜ ਤੋਂ 1966 ਵਿੱਚ। ਓਕੇ, ਫਿਰ ਮੈਂ ਮਿਨਿਸਟਰੀ ਆਫ ਡਿਫੈਂਸ ਦੀ ਉੱਥੇ ਚੰਡੀਗੜ੍ਹ ਦੇ ਵਿੱਚ ਹੀ ਮੇਰੀ ਪੋਸਟਿੰਗ ਹੋ ਗਈ। ਚੰਡੀ ਮੰਦਰ ਜਿਹਨੂੰ ਕਹਿੰਦੇ ਹਨ, ਚੰਡੀ ਮੰਦਰ ਨਹੀਂ ਸਾਡੇ ਨਾ, ਉਹ ਮੈਂ ਐਕਟਿਵ ਮਿਲਟਰੀ ਚ ਨਹੀਂ, ਸਿਵਲ ਵਿੱਚ ਸੀ। ਉੱਥੇ ਇੱਕ ਨਾ ਡਿਫੈਂਸ ਫੈਕਟਰੀ ਬਣੀ ਹੋਈ ਹੈ ਚੰਡੀਗੜ੍ਹ ਦੇ ਵਿੱਚ, ਉਹ ਵੀ ਐਕਚੁਅਲੀ ਨਾ ਉਦੋਂ ਪ੍ਰਤਾਪ ਸਿੰਘ ਕੈਰੋ ਹੁੰਦੇ ਸੀ ਮੁੱਖ ਮੰਤਰੀ। ਹਾਂਜੀ, ਤੇ ਓਨਸ ਫੈਕਟਰੀਜ ਇੰਨੀਆਂ ਹੈਗੀਆਂ ਨੇ ਇੰਡੀਆ ਵਿੱਚ ਜਿਹਦੀ ਨਾ ਸਟਰੈਂਥ ਵੀ 20,000 ਹੈਗੀ ਹੈ। ਤਾਂ ਇਹਨੇ ਪ੍ਰਤਾਪ ਸਿੰਘ ਕੈਰੋ ਨੇ ਜਵਾਹਰ ਲਾਲ ਨਹਿਰੂ ਨੂੰ ਕਿਹਾ ਕਿ ਸਾਨੂੰ ਪੰਜਾਬ ਵਿੱਚ ਵੀ ਕੋਈ ਡਿਫੈਂਸ ਫੈਕਟਰੀ ਦਿਓ। ਉਹ ਕਹਿਣ ਲੱਗੇ ਵੀ ਇੱਥੇ ਡਿਫੈਂਸ ਫੈਕਟਰੀ ਲੱਗ ਨਹੀਂ ਸਕਦੀ ਕਿਉਂਕਿ ਬਾਰਡਰ ਸਟੇਟ ਹੈ। ਪਰ ਉਹਨੇ ਮਗਰ ਪੈ ਕੇ ਇੱਕ ਛੋਟੀ ਜਿਹੀ ਫੈਕਟਰੀ ਉੱਥੇ ਬਣਵਾ ਲਈ। ਮੇਰੀ ਪੋਸਟਿੰਗ ਨਾਗਪੁਰ ਹੋਈ ਸੀ, ਫਿਰ ਮੈਂ ਟਰਾਂਸਫਰ ਕਰਾ ਲਈ ਚੰਡੀਗੜ੍ਹ। ਠੀਕ ਹੈ, ਤੇ 81 ਵਿੱਚ ਫਿਰ ਮੈਂ ਕੈਨੇਡਾ ਕੈਲਗਰੀ ਆ ਗਿਆ ਸੀ। ਕਾਫੀ ਸਾਲ ਹੋ ਗਏ ਹਨ। ਹਾਂਜੀ ਹਾਂਜੀ, 38 ਇਅਰਸ ਹੋ ਗਏ ਨੇ, ਔਰ ਪਤਾ ਹੀ ਨਹੀਂ ਲੱਗਦਾ ਕਾਫੀ 38 ਹੋ ਗਏ ਕਿ 8 ਹੋਏ ਨੇ ਕਿ ਕਿੰਨੇ ਹੋਏ ਹਨ। ਹਾਂ ਪਤਾ, ਬਿਲਕੁਲ ਗੱਲ ਤੁਹਾਡੀ ਠੀਕ ਹੈ। ਵੀ ਉਹ ਕਈ ਵਾਰੀ ਕੋਈ ਪੁੱਛਦੇ ਵੀ ਨੇ ਨਾ ਏਜ ਦੀ ਵੀ ਗੱਲ ਕਰਦੇ ਨੇ, ਤਾਂ ਉਹ ਬੜੀ ਪਿਆਰੀ ਜਿਹੀ ਗੱਲ ਮੈਨੂੰ ਯਾਦ ਆਉਂਦੀ ਹੈ। ਪਾਇਆ ਥਾ ਮਿਜ਼ਾਜ ਫੂਲ ਕਾ, ਪੱਥਰ ਕੇ ਹੋ ਗਏ ਜੀ, ਹਮ ਦੇਖਤੇ ਹੀ ਦੇਖਤੇ 70 ਕੇ ਹੋ ਗਏ। ਬਿਲਕੁਲ ਸਹੀ, ਜਦੋਂ ਤੁਸੀਂ ਗ੍ਰੈਜੂਏਸ਼ਨ ਕੀਤੀ ਉਹ ਤੋਂ ਮੇਰੇ 2 ਸਾਲ ਬਾਅਦ ਦਾ ਮੇਰਾ ਜਨਮ ਹੈਗਾ, ਤੇ ਤੁਹਾਡਾ ਤਜਰਬਾ ਜਿਹੜਾ ਹੈਗਾ ਤੁਸੀਂ ਦੇਖ ਲਓ ਵੀ ਕਿੱਡਾ ਲੰਬਾ ਹੈਗਾ ਨਾ। ਹਾਂਜੀ, ਤੇ ਕੈਨੇਡਾ ਫਿਰ ਕਿਸ ਤਰ੍ਹਾਂ ਸਬੱਬ ਬਣਿਆ ਇੱਥੇ ਆਉਣ ਦਾ, ਵੀ ਤੁਸੀਂ ਇਮੀਗ੍ਰੇਸ਼ਨ ਕਰਵਾਈ ਕਿ ਜਾਂ ਫੈਮਿਲੀ ਸਪੋਂਸਰਸ਼ਿਪ? ਅਸਲ ਨਾ ਸਤਵਿੰਦਰ ਜੀ, ਬੜੀ ਅਜੀਬੋ ਗਰੀਬ ਘਟਨਾ ਵਾਪਰੀਆਂ ਨੇ ਮੇਰੀ ਜ਼ਿੰਦਗੀ 'ਚ। ਮੈਂ ਤੁਹਾਨੂੰ ਸ਼ੁਰੂ ਤੋਂ ਹੀ ਦੱਸਦਾ, ਜਦੋਂ ਮੈਂ 8ਵੀਂ 'ਚ ਹੋਇਆ ਸੀ ਨਾ, ਅੱਛਾ, ਤੇ ਬੋਰਡ ਦੇ ਇਮਤਿਹਾਨ ਸ਼ੁਰੂ ਹੋ ਗਏ, ਮਤਲਬ ਗੌਰਮੈਂਟ ਸਾਡੇ ਤੇ ਮੇਰੇ ਤੇ ਐਕਸਪੈਰੀਮੈਂਟ ਹੀ ਕਰਦੀ ਸੀ। ਪਹਿਲਾਂ ਉਹ ਪਹਿਲਾਂ ਨਹੀਂ ਹੁੰਦੇ, ਪਹਿਲਾਂ ਨਹੀਂ ਸੀ ਹੁੰਦੇ, ਸਾਡੇ ਵੀ ਹੁੰਦੇ ਸੀ ਉਦੋਂ ਸ਼ੁਰੂ ਹੋ ਗਏ ਸੀ। ਹਾਂ, 8ਵੀਂ ਦੇ ਹੋ ਗਏ, ਫਿਰ ਮੈਂ 10ਵੀਂ 'ਚ ਹੋਇਆ ਤੇ ਪਹਿਲਾਂ ਮੈਟ੍ਰਿਕ ਹੁੰਦੀ ਸੀ। ਅੱਛਾ, ਸਾਡੇ ਤੋਂ ਹਾਇਰ ਸੈਕੰਡਰੀ ਸ਼ੁਰੂ ਹੋਇਆ। ਅੱਛਾ, ਹਾਇਰ ਸੈਕੰਡਰੀ ਪਾਸ ਕੀਤੀ, ਫਿਰ ਇੱਕ ਨਵਾਂ ਕੋਰਸ ਸ਼ੁਰੂ ਹੋਇਆ ਸੀ ਪ੍ਰੋਡਕਸ਼ਨ ਇੰਜੀਨੀਅਰਿੰਗ। ਅੱਛਾ, ਉਹ ਵੀ ਪ੍ਰਤਾਪ ਸਿੰਘ ਕੈਰੋ ਨੇ ਕੀਤੀ ਸੀ, ਉਹ ਕਹਿੰਦਾ ਸੀ ਵੀ ਇਹ ਐਕਸਪੈਰੀਮੈਂਟਲ, ਉਹ ਵੀ ਸਾਡੇ ਤੋਂ ਸ਼ੁਰੂ ਹੋਇਆ ਸੀ। ਸੋ ਮੈਨੂੰ ਲੱਗਦਾ ਵੀ ਜਿਵੇਂ ਸਾਡੇ ਤੇ ਹੀ ਸਾਰੇ ਐਕਸਪੈਰੀਮੈਂਟ। ਜਿਹੜਾ ਹੁਣ ਅੱਜ ਆਪਾਂ ਕਹਿੰਦੇ ਵੀ ਕੈਨੇਡਾ ਵਾਲਿਆਂ ਦਾ ਜਿਹੜਾ ਹੈਗਾ ਕਿ ਕਰੇਜ਼ ਇੱਕ ਹੈਗਾ ਵੀ ਕੈਨੇਡਾ ਜਾਣ ਦਾ, ਪੰਜਾਬੀਆਂ ਦਾ ਕਰੇਜ਼ ਹੈਗਾ ਵੀ ਕੈਨੇਡਾ ਜਾਣ ਦਾ, ਉਹ ਤੁਹਾਡੇ ਤੋਂ ਨਹੀਂ ਸ਼ੁਰੂ ਹੋਇਆ ਹੋ ਸਕਦਾ। ਇਹ ਗੱਲ ਬਿਲਕੁਲ ਠੀਕ ਹੈਗੀ ਜੀ। ਮੈਂ ਇਹ ਦੱਸਣਾ ਚਾਹੁੰਦਾ ਕਿ ਮੈਂ 63 ਵਿੱਚ ਅਪਲਾਈ ਕਰ ਦਿੱਤਾ ਸੀ ਕੈਨੇਡਾ ਵਾਸਤੇ। ਠੀਕ ਹੈ, ਤੇ ਹੁੰਦਾ ਇੰਜ ਸੀ ਕਿ ਮੈਂ ਅਪਲਾਈ ਕਰ ਦੇਣਾ ਤੇ ਮੇਰਾ ਕੇਸ ਰਿਜੈਕਟ ਹੋ ਜਾਣਾ। ਅੱਛਾ, ਅਸੀਂ ਠੀਕ ਹੈ, ਉਦੋਂ ਮੈਂ ਬੈਚਲਰ ਹੁੰਦਾ ਸੀ। ਠੀਕ ਠੀਕ, ਸ਼ੌਂਕ ਬਣਾਇਆ ਹੋਇਆ ਸੀ। ਉਹ 2 ਕੁ ਵਾਰੀ ਰਿਜੈਕਟ ਹੋ ਗਿਆ, ਫਿਰ ਮੇਰਾ ਵਿਆਹ ਹੋ ਗਿਆ, ਫਿਰ ਮੇਰੇ 2 ਬੇਟੇ ਹੋ ਗਏ। ਅੱਛਾ, ਬੇਟੇ ਮੇਰੇ ਉੱਥੇ ਕਾਨਵੈਂਟ ਸਕੂਲਾਂ 'ਚ ਪੜ੍ਹਦੇ ਸੀ, ਮੈਂ ਮਿਨਿਸਟਰੀ ਆਫ ਡਿਫੈਂਸ ਹੀ ਸੀ, ਵਾਈਫ ਮੇਰੀ ਦੀ ਚੰਡੀਗੜ੍ਹ ਦੀ ਗੌਰਮੈਂਟ ਸਰਵਿਸ ਸੀ, ਤੇ ਅਪਲਾਈ ਕਰਦੇ ਰਹਿਣਾ, ਰਿਜੈਕਟ ਹੋ ਜਾਣਾ। ਤੇ ਜਦੋਂ ਆਇਆ 80 ਦੇ ਵਿੱਚ, ਅਸੀਂ ਅਪਲਾਈ ਕਰ ਦਿੱਤਾ ਆਪਣੇ ਐਜੂਕੇਸ਼ਨ ਬੇਸਿਸ ਤੇ ਹੀ ਕਰਦੇ ਸੀ। ਆਲ ਆਫ ਅ ਸਡਨ ਆਊਟ ਆਫ ਬਲੂ ਮੈਨੂੰ ਚਿੱਠੀ ਆ ਗਈ ਜੀ, ਤੁਹਾਡੀ ਇਮੀਗ੍ਰੇਸ਼ਨ ਦੀ ਦਿੱਲੀ ਵਿੱਚ ਇੰਟਰਵਿਊ ਹੈਗੀ ਆ। ਅੱਛਾ, ਉਦੋਂ ਮੈਂ ਬਿਲਕੁਲ ਸੈਟਲ ਹੈਗਾ ਸੀ, ਬਿਲਕੁਲ ਇੰਟਰਸਟਿਡ ਨਹੀਂ ਸੀ। ਮੇਰੀ ਮਾਂ ਨੇ ਮੈਨੂੰ ਕਿਹਾ, ਤਰਲੋਕ ਤੈਨੂੰ ਇੱਥੇ ਕਾਹਦੀ ਕਮੀ ਹੈ, ਭੁੱਲ ਜਾ, ਕੈਨੇਡਾ ਨਹੀਂ ਜਾਣਾ, ਪਲਾਟ ਹੈਗਾ ਪੰਚਕੂਲੇ 'ਚ, ਆਪਣੇ ਕੋਠੀ ਬਣਾਓ, ਇੱਥੇ ਰਹੋ ਜੀ। ਤੇ ਜਦੋਂ ਘਰ ਗੱਲ ਕੀਤੀ, ਉਹ ਕਹਿਣ ਲੱਗੇ ਚੱਲ ਅੱਗੇ ਵੀ ਰਿਜੈਕਟ ਕਰ ਦਿੰਦੇ ਨੇ, ਇੰਟਰਵਿਊ 'ਚ ਜਾਓ। ਬਾਈ ਚਾਂਸ ਸੀ ਉਹ ਮਿਲ ਗਿਆ, ਪਰ ਫਿਰ ਉਹ ਫਿਰ ਦੁਚਿੱਤੀ ਜੀ ਵੀ ਹੋ ਗਈ ਸੀ ਪਰਿਵਾਰ ਵਿੱਚ ਵੀ, ਕਈ ਕਹਿੰਦੇ ਜਾਓ, ਕਈ ਨਾ ਜਾਓ। ਉਹ ਯਾਰ ਦੋਸਤ ਮੇਰੇ ਕਹਿੰਦੇ, ਯਾਰ ਲੋਕੀ ਮਰਦੇ ਨੇ ਕੈਨੇਡਾ ਜਾਣ ਵਾਸਤੇ, ਤੇਰੇ ਵਰਗਾ ਬੇਵਕੂਫ ਵੀ ਕੋਈ ਨਹੀਂ ਹੋਏਗਾ ਜੇ ਤੂੰ ਨਹੀਂ ਜਾਏਗਾ। ਉਹ ਫਿਰ ਸਬੱਬ ਬਣਿਆ, ਪਰ ਗੱਲ ਤਾਂ ਉੱਥੇ ਹੀ ਮੁੱਕਦੀ ਹੈ। ਇਹ ਸਤਿਗੁਰ ਦੀ ਖੇਡ ਹੈ, ਕਦੋਂ ਕਿੱਥੇ ਹੋਣਾ। ਅਸੀਂ ਕਈ ਵਾਰੀ ਇਹ ਕਹਿ ਦਿੰਦੇ ਹਾਂ, ਦਿਸ ਇਜ਼ ਟੂ ਸੂਨ ਔਰ ਦਿਸ ਇਜ਼ ਟੂ ਲੇਟ, ਬਟ ਦ ਡਿਵਾਈਨ ਟਾਈਮਿੰਗ ਇਜ਼ ਪਰਫੈਕਟ, ਇਜ਼ ਦ ਪਰਫੈਕਟ ਟਾਈਮਿੰਗ।
ਤੇ ਫਿਰ ਤੁਸੀਂ ਕੈਨੇਡਾ ਕੈਲਗਰੀ ਆਏ ਸਿੱਧੇ ਕਿਤੇ? ਮੈਂ ਆਇਆ ਸੀ ਸਿੱਧਾ ਸਾਸਕਾਟੂਨ, ਕਿਉਂਕਿ ਮੇਰੀ ਸਿਸਟਰ ਹੈਗੀ ਸੀ ਉੱਥੇ। ਓਕੇ। ਪਰ ਉੱਥੇ ਮੈਂ ਸਿਰਫ ਇੱਕ ਹਫ਼ਤਾ ਹੀ ਰਿਹਾ ਸੀ। ਫਿਰ ਉੱਥੋਂ 81 ਵਿੱਚ ਨਾ ਕੈਲਗਰੀ 'ਚ ਬੂਮ ਆਇਆ ਹੋਇਆ ਸੀ। ਠੀਕ ਹੈ। ਤੇ ਉਦੋਂ ਮੈਂ ਲਾਇਬ੍ਰੇਰੀ ਜਾਣਾ, ਅਖ਼ਬਾਰਾਂ ਪੜ੍ਹਨੀਆਂ, ਉੱਥੇ ਕੈਲਗਰੀ ਕੈਲਗਰੀ ਹੈ ਕੈਲਗਰੀ ਕੈਲਗਰੀ 1000 ਪੀਪਲ ਆਰ ਮੂਵਿੰਗ ਫਰੋਮ ਟੋਰਾਂਟੋ, ਕਿਉਂਕਿ ਇਹ ਕੁਛ ਸਿਸਟਮ ਜਿਹਾ ਇੱਥੇ ਹੈਗਾ, ਈਸਟ ਟੂ ਵੈਸਟ ਤੇ ਵੈਸਟ ਟੂ ਈਸਟ, ਇਹ ਮੂਵ ਕਰਦੇ ਰਹਿੰਦੇ ਨੇ। ਮੈਂ ਫਿਰ ਇੱਥੇ ਆ ਗਿਆ। ਇੱਥੇ ਆ ਕੇ ਫਿਰ ਉਦੋਂ ਕਿਉਂਕਿ ਅਪਰਚੁਨਿਟੀਜ਼ ਬੜੀਆਂ ਸੀ, ਹਫ਼ਤੇ ਵਿੱਚ ਹੀ ਮੈਂ 3-4 ਜੋਬਾਂ ਬਦਲ ਦਿੱਤੀਆਂ। ਅੱਛਾ। ਫਿਰ ਮੈਨੂੰ ਇੰਜੀਨੀਅਰਿੰਗ ਕਰਕੇ ਵੀ ਇੱਕ CPR ਜੋਬ ਮਿਲੀ ਸੀ ਥੋੜ੍ਹੀ ਦੇਰ, ਪਰ ਮੈਂ ਉੱਥੇ ਸਾਲ ਕੁ ਹੀ ਰਿਹਾ ਸੀ। ਫਿਰ ਮੈਨੂੰ ਪ੍ਰੋਡਕਸ਼ਨ ਪਲਾਨਰ ਦੀ ਜੋਬ ਮਿਲ ਗਈ। ਤੁਹਾਡੇ ਫੀਲਡ ਦੀ ਮਤਲਬ ਜੋਬ ਤੁਹਾਨੂੰ? ਹਾਂਜੀ, ਮਿਲ ਗਈ। ਫਿਰ ਮੈਂ ਐਜੂਕੇਸ਼ਨ ਵੀ ਆਪਣੀ ਅਪਡੇਟ ਕਰ ਲਈ ਹੋਈ ਸੀ। ਠੀਕ ਹੈ। ਅਤੇ ਜਦੋਂ ਇਹ ਸਾਡੇ ਪ੍ਰੋਗਰਾਮ ਦਾ ਮਕਸਦ ਇਹ ਹੁੰਦਾ ਕਿ ਅਸੀਂ ਜਿਹੜੀਆਂ ਨੋਨ ਪਰਸਨੈਲਿਟੀਜ਼ ਹੁੰਦੀਆਂ ਉਹਨਾਂ ਦੇ ਨਾਲ ਗੱਲਾਂ ਬਾਤਾਂ ਕਰੀਏ, ਤੁਹਾਡੇ ਫੀਲਡ ਦੀ ਵੀ ਗੱਲ ਕਰਾਂਗੇ ਜਿਹਦੇ ਕਰਕੇ ਤੁਸੀਂ ਮਸ਼ਹੂਰ ਹੈਗੇ ਹੋ, ਪਰ ਤੁਹਾਡੇ ਤਜਰਬਿਆਂ ਤੋਂ ਜਿਹੜਾ ਹੈਗਾ ਵੀ ਆਪਾਂ ਸਾਂਝ ਪਾਉਣਾ ਚਾਹੁੰਦੇ ਹਾਂ ਆਪਣੇ ਦਰਸ਼ਕਾਂ ਦੇ ਨਾਲ ਵੀ, ਆਪਣੇ ਨਾਲ ਵੀ, ਕਿ ਉਦੋਂ ਫਿਰ ਕਿਸ ਤਰ੍ਹਾਂ ਦੇ ਚੈਲੇਂਜਸ ਤੁਹਾਨੂੰ ਲੱਗੇ ਪਏ ਜਦੋਂ ਅੱਜ ਤੋਂ ਆਪਾਂ 38 ਸਾਲ ਪਹਿਲਾਂ ਦੀ ਗੱਲ ਕਰੀਏ, ਕੋਈ ਬੰਦਾ ਇੱਥੇ ਕੈਨੇਡਾ ਦੇ ਵਿੱਚ ਆਉਂਦਾ ਹੈਗਾ ਅਤੇ ਅੱਜ ਆਉਂਦਾ ਹੈਗਾ, ਕੀ ਤੁਹਾਨੂੰ ਚੈਲੇਂਜਸ ਦਾ ਫਰਕ ਲੱਗਦਾ ਹੈਗਾ ਕਿ ਹੁਣ ਈਜ਼ੀ ਹੈਗਾ ਸੈਟਲ ਹੋਣਾ ਕਿ ਪਹਿਲਾਂ ਈਜ਼ੀ ਸੀ ਸੈਟਲ ਹੋਣਾ? ਬਹੁਤ ਸੋਹਣਾ ਸਵਾਲ ਹੈ ਤੁਹਾਡਾ। ਉਦੋਂ ਬੜਾ ਮੁਸ਼ਕਿਲ ਸੀ ਸੈਟਲ ਹੋਣਾ, ਖਾਸ ਕਰਕੇ ਪੱਗ ਵਾਲਿਆਂ ਨੂੰ, ਕਿਉਂਕਿ ਉਦੋਂ ਡਿਸਕ੍ਰਿਮੀਨੇਸ਼ਨ ਬਹੁਤ ਜ਼ਿਆਦਾ ਹੁੰਦੀ ਸੀ। ਪਰ ਨਾਲ ਦੇ ਨਾਲ ਤੁਹਾਨੂੰ ਇਹ ਸੀ ਕਿ ਤੁਸੀਂ ਉਹਨਾਂ ਦੇ ਵਿੱਚ ਜਾ ਕੇ ਆਪਣੇ ਆਪ ਨੂੰ, ਜਿਵੇਂ ਤੁਸੀਂ ਅੰਬੈਸੇਡਰ ਹੁੰਦੇ ਹੋ ਨਾ ਆਪਣੇ ਇੰਡੀਆ ਦੇ ਜਾਂ ਸਿੱਖ, ਤੇ ਉਹਨਾਂ ਵਿੱਚ ਵਿਚਰਦੇ ਹੋ, ਉਦੋਂ ਡੈਫੀਨੇਟਲੀ ਮੈਨੂੰ ਵੀ ਬੜਾ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਪਰ ਕੈਨੇਡਾ ਵਰਗੇ ਮੁਲਕ ਵਿੱਚ ਸਕਾਈ ਇਜ਼ ਦੀ ਲਿਮਿਟ, ਉਦੋਂ ਜ਼ਰੂਰ ਮਹਿਸੂਸ ਕਰਦੇ ਸੀ, ਅਸੀਂ ਮਿਸ ਵੀ ਕਰਦੇ ਸੀ। ਉਦੋਂ ਇੰਨੀਆਂ ਫੈਸਿਲਿਟੀਜ਼ ਨਹੀਂ ਸੀ, ਇੰਨੇ ਆਪਣੇ ਬੰਦੇ ਨਹੀਂ ਸੀ ਹੈਗੇ, ਅਸੀਂ ਤਰਸ ਕਨੈਕਟੀਵਿਟੀ ਨਹੀਂ ਸੀ ਹੈਗੀ ਫੋਨ ਦੀ ਜਾਂ ਇੰਟਰਨੈਟ ਦੀ ਕੋਈ ਚੀਜ਼। ਬਿਲਕੁਲ ਬਿਲਕੁਲ ਬਿਲਕੁਲ। ਤੇ ਉਦੋਂ ਬੜੀਆਂ ਮੁਸ਼ਕਲਾਂ ਦਾ ਸਾਹਮਣਾ ਕੀਤਾ। ਪਰ ਜੇ ਤੁਸੀਂ ਡਟ ਜਾਓ ਤੇ ਫਿਰ ਇਹਨਾਂ ਮੁਲਕਾਂ 'ਚ ਅਪਰਚੁਨਿਟੀਜ਼ ਵੀ ਬਹੁਤ ਹੈਗੀਆਂ ਨੇ। ਪਰ ਹੁਣ ਜਿਹੜੇ ਹੈ ਨਾ, ਹੁਣ ਜਿਹੜੇ ਆ ਰਹੇ ਨੇ ਉਹਨਾਂ ਨੂੰ ਕਈ ਵਾਰੀ ਤਾਂ ਇਹ ਦੇਖੀਦਾ ਵੀ ਫੈਸਿਲਿਟੀਜ਼ ਮਿਲੀਆਂ ਹੋਈਆਂ ਨੇ, ਉਹਨਾਂ ਨੂੰ ਵੈਲਕਮ ਕਰਨ ਵਾਸਤੇ ਸਾਰਾ ਕੁਛ ਅਵੇਲੇਬਲ ਹੈਗਾ। ਪਰ ਮੈਨੂੰ ਯਾਦ ਹੈ ਕਿ ਉਦੋਂ ਕਈ ਜਿਹੜੇ ਡਿਸਕ੍ਰਿਮੀਨੇਸ਼ਨ ਕਰਦੇ ਸੀ ਨਾ, ਅਸੀਂ ਉਹਨਾਂ ਨੂੰ ਸਾਫ ਕਹਿੰਦੇ ਸੀ, ਡਜ਼ਨਟ ਮੈਟਰ ਵਟ ਯੂ ਡੂ, ਵੀ ਵਿਲ ਕੀਪ ਔਨ ਕਮਿੰਗ। ਬਿਲਕੁਲ ਸਹੀ ਗੱਲ ਹੈ। ਇਸੇ ਦ੍ਰਿੜਤਾ ਦੇ ਨਾਲ ਅਸੀਂ ਜਿਹੜੇ, ਹਾਲਾਂਕਿ ਤੁਸੀਂ 38 ਸਾਲ ਪਹਿਲਾਂ ਹੋਏ ਆ, 118 ਸਾਲ ਪਹਿਲਾਂ ਵੀ ਜਿਹੜੇ ਲੋਕ ਆਏ ਸੀ ਉਹ ਵੀ ਇੱਥੇ ਐਸਟੈਬਲਿਸ਼ ਹੋਏ। ਬਿਲਕੁਲ। ਬੜੇ ਮਤਲਬ ਮੋਟੀਵੇਸ਼ਨਲ ਸਟੋਰੀਜ਼ ਹੈਗੀਆਂ ਤੇ ਜਿਹੜੀਆਂ ਇੰਸਪਾਇਰਿੰਗ ਸਟੋਰੀਜ਼ ਹੈਗੀਆਂ, ਜਿਹੜੇ ਲੋਕ ਇੱਥੇ ਆ ਕੇ ਸੈਟਲ ਹੋਏ ਆ ਜਦੋਂ ਬਿਲਕੁਲ ਹੀ ਜੰਗਲ ਸੀ ਇੱਥੇ, ਬਿਲਕੁਲ ਕਨੈਕਟੀਵਿਟੀ ਸੀ, ਔਰ ਸਾਨੂੰ ਭੁੱਲਣਾ ਨਹੀਂ ਚਾਹੀਦਾ ਉਹਨਾਂ ਨੇ ਜੋ ਸੈਕਰੀਫਾਈਸ ਸਾਡੇ ਵਾਸਤੇ ਕੀਤੀਆਂ, ਜਾਂ ਜਿਹੜੀਆਂ ਅਸੀਂ ਮੁਸ਼ਕਲਾਂ ਦਾ ਸਾਹਮਣਾ ਕੀਤਾ। ਉਹ ਨਵੇਂ ਜਿਹੜੇ ਆ ਰਹੇ ਨੇ ਉਹ ਸਾਰਿਆਂ ਨੂੰ ਇਹ ਚੀਜ਼ਾਂ ਯਾਦ ਰੱਖਣੀਆਂ ਚਾਹੀਦੀਆਂ ਨੇ ਔਰ ਇੰਸਪਾਇਰ ਹੋਣਾ ਚਾਹੀਦਾ। ਬਿਲਕੁਲ। ਅਤੇ ਤੁਹਾਡਾ ਵਧੀਆ ਚੱਲਦਾ ਰਿਹਾ ਕੈਨੇਡਾ ਦੇ ਵਿੱਚ, ਅਤੇ ਇਹ ਜਿਹੜੇ ਹਾਸੇ ਵੰਡਣ ਵਾਲਾ ਕੰਮ ਕਦੋਂ ਸ਼ੁਰੂ ਕੀਤਾ ਤੁਸੀਂ ਫਿਰ? ਅਸਲ 'ਚ ਇਹ ਬੜਾ ਵਧੀਆ ਸਵਾਲ ਹੈ ਤੁਹਾਡਾ, ਸਾਰੇ ਸਵਾਲ ਤੁਹਾਡੇ ਵਧੀਆ ਨੇ ਵੈਸੇ ਤਾਂ। ਅਤੇ ਇਹ ਨਾ ਤੁਹਾਡੇ ਅੰਦਰ ਇੱਕ ਬੀ ਹੁੰਦਾ ਹੈ ਖੁਸ਼ ਰਹਿਣ ਦਾ ਅਤੇ ਖੁਸ਼ ਰੱਖਣ ਦਾ, ਜਾਂ ਉਹ ਮਾਹੌਲ ਵੀ ਤੁਹਾਨੂੰ ਮਿਲਿਆ ਹੁੰਦਾ। ਪਤਾ ਨਹੀਂ ਕੀ ਗੱਲ ਕੀ ਚੀਜ਼ ਹੈ ਦੋਸਤੋ, ਕਿ ਹਰ ਇਨਸਾਨ ਦੇ ਅੰਦਰ ਨਾ ਕੋਈ ਚੀਜ਼ ਇਹੋ ਜਿਹੀ ਛੁਪੀ ਹੁੰਦੀ ਹੈ ਜਿਹੜੀ ਵਕਤ ਨਾਲ ਸਾਹਮਣੇ ਆਉਂਦੀ ਹੈ। ਮੈਂ ਜਦੋਂ ਇਹ ਸਵਾਲ ਨੂੰ ਗੌਰ ਨਾਲ ਦੇਖਦਾ ਨਾ, ਅਤੇ ਤੁਹਾਡੀ ਰੂਹ ਵੀ ਕੁਛ ਇਸ ਤਰ੍ਹਾਂ ਦੀ ਹੁੰਦੀ ਹੈ। ਮੈਨੂੰ ਯਾਦ ਹੈ ਬਚਪਨ ਤੋਂ ਮੈਨੂੰ ਹਿੰਦੀ ਫਿਲਮਾਂ ਦਾ ਬੜਾ ਸ਼ੌਂਕ ਹੈ, ਅਤੇ ਮੈਨੂੰ ਜਾਨੀ ਵਾਕਰ, ਟੋਨ ਟੋਨ, ਮਹਿਮੂਦ ਇਹ ਬੜੇ ਪਸੰਦ ਹੁੰਦੇ ਸੀ, ਬਲਕਿ ਗੋਪਾਲ ਸਹਿਗਲ, ਫਿਰ ਮੇਹਰ ਮਿੱਤਲ ਆ ਗਿਆ, ਫਿਰ ਜਸਵਿੰਦਰ ਭੱਲਾ, ਜਸਪਾਲ ਭੱਟੀ, ਭਗਵੰਤ ਮਾਨ, ਕਪਿਲ ਸ਼ਰਮਾ ਤਾਂ ਫਿਰ ਬਾਅਦ ਵਿੱਚ ਆਏ, ਪਰ ਇਹਨਾਂ ਸਾਰਿਆਂ ਦਾ ਨਾ ਇਹ ਦੇਖ ਕੇ ਇਹਨਾਂ ਨੂੰ ਖੁਸ਼ੀ ਜਿਹੀ ਹੁੰਦੀ ਸੀ, ਪਰ ਕਦੇ ਇਹ ਸੋਚਿਆ ਨਹੀਂ ਸੀ ਕਿ ਮੈਂ ਵੀ ਕੁਛ ਕਰਾਂਗਾ ਏਦਾਂ ਦਾ। ਘਰ ਵਿੱਚ ਵੀ ਮਾਹੌਲ ਵਧੀਆ ਸੀ, ਮੇਰੀ ਮਾਂ ਦਾ ਸੁਭਾਅ ਬਹੁਤ ਵਧੀਆ ਸੀ, ਹੱਸਦਿਆਂ ਰਹਿਣਾ। ਮੇਰੀ ਵੱਡੀ ਭੈਣ ਤਾਂ ਅੱਜ ਕੱਲ੍ਹ ਉਹਨਾਂ ਦੀ ਉਮਰ 80 ਸਾਲ ਤੋਂ ਉੱਪਰ ਹੋ ਗਈ, ਪਰ ਉਹ ਹਾਲੇ ਵੀ ਚੁਟਕਲੇ ਸੁਣਾਉਂਦੇ ਹੁੰਦੇ ਨੇ ਜਦੋਂ ਅਸੀਂ ਇਕੱਠੇ ਬੈਠਦੇ ਹਾਂ ਨਾ ਪਰਿਵਾਰ ਵਿੱਚ।
ਔਰ ਪਰਿਵਾਰ ਸਾਡਾ ਮੇਰੀਆਂ ਜੀ 6 ਭੈਣਾਂ ਨੇ ਅੱਛਾ ਤੇ ਅਸੀਂ 3 ਭਰਾ ਵਾਂ ਓਕੇ ਪਰ ਸਾਰੇ ਐਨ ਇਕੱਠੇ ਮੇਰੀਆਂ ਭੈਣਾਂ ਟੀਚਰਸ ਸਨ ਜ਼ਿਆਦਾ ਉਹਨਾਂ ਨੇ ਫਿਰ ਗਰਮੀ ਦੀਆਂ ਛੁੱਟੀਆਂ ਚੰਡੀਗੜ੍ਹ ਆਉਣਾ ਅਸੀਂ ਉਹ ਬਾਲਟੀ ਵਿੱਚ ਚੂਪਣ ਵਾਲੇ ਅੰਬ ਤੇ ਬਹਿ ਜਾਣੇ ਗੱਲਾਂ ਗੱਪਾਂ ਮਾਰਨੀਆਂ ਰੌਣਕਾਂ ਲਾਉਣੀਆਂ ਬਲਕਿ ਚੰਡੀਗੜ੍ਹ ਵਿੱਚ ਸਾਡੇ ਗੁਆਂਢੀ ਕਹਿੰਦੇ ਹੁੰਦੇ ਸੀ ਤੁਹਾਡੇ ਦਿਹਾਤੀ ਪ੍ਰੋਗਰਾਮ ਕਦੋਂ ਸ਼ੁਰੂ ਹੋਣਾ ਫਿਰ ਸੁਖਨਾ ਲੇਕ ਤੇ ਚਲੇ ਜਾਣਾ ਕੁਛ ਇੱਕ ਗੱਲ ਹੋਰ ਮੈਨੂੰ ਯਾਦ ਆਉਂਦੀ ਹੈ ਕਿ ਮੇਰੇ ਨਾ ਭੈਣ ਜੀ ਤੇ ਉਹਨਾਂ ਦੀ ਫੈਮਿਲੀ ਸ਼ਿਮਲੇ ਰਹਿੰਦੇ ਸੀ ਤੇ ਸ਼ਿਮਲੇ ਦੇ ਆਫਿਸ ਸਾਰੇ ਚੰਡੀਗੜ੍ਹ ਮੂਵ ਹੋ ਗਏ ਉਹ ਚੰਡੀਗੜ੍ਹ ਆ ਗਏ ਤੇ ਸ਼ਿਮਲੇ ਚ ਰਹਿੰਦੇ ਨੇ ਨਾ ਸਾਡੇ ਪੰਜਾਬੀ ਉਹਨਾਂ ਦੀਆਂ ਉਹਨਾਂ ਦਾ ਸੁਭਾਅ ਹੁੰਦਾ ਚਲੋ ਬਈ ਵੀਕਐਂਡ ਪਿਕਨਿਕ 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 ਉਹ ਕਲਚਰ ਜਿਹਾ ਵੀ ਲੈ ਕੇ ਕੁਝ ਚੰਡੀਗੜ੍ਹ ਆਏ ਸੀ ਤੇ ਉਹ ਰੌਣਕ ਲੱਗਦੀ ਰਹਿਣੀ ਚੁਟਕਲੇ ਰਗਦੇ ਰਹਿਣੇ ਬਿਨਾ ਹੁਣ ਵੀ ਕਈ ਵਾਰੀ ਅਸੀਂ ਇਕੱਠੇ ਜਾਂਦੇ ਰਹੇ ਪਰਿਵਾਰ ਦੇ ਤੇ ਥੋੜਾ ਜਿਹਾ ਡਰਾਈਵ ਜਦੋਂ ਜ਼ਿਆਦਾ ਲੰਬੀ ਹੋਵੇ ਫਿਰ ਸਾਰਿਆਂ ਬੋਰ ਹੋ ਜਾਣਾ ਕਹਿਣਾ ਅੱਛਾ ਚਾਚਾ ਜੀ ਜਾਂ ਮਾਮਾ ਜੀ ਜਾਂ ਮੇਰੀ ਨੂੰਹ ਵੀ ਮੈਨੂੰ ਕਹਿੰਦੇ ਹੁੰਦੇ ਨੇ ਡੈਡੀ ਹੁਣ ਕੋਈ ਚੁਟਕਲਾ ਸੁਣਾਓ ਤਾਂ ਮਤਲਬ ਇੱਕ ਤਰ੍ਹਾਂ ਦਾ ਸ਼ੁਰੂ ਤੋਂ ਇੱਕ ਸ਼ੌਂਕ ਸੀ ਜਾਂ ਸੁਭਾਅ ਉੱਦਾਂ ਦਾ ਹੀ ਵੀ ਬੰਦਾ ਜਿੱਦਾਂ ਦਾ ਤੁਹਾਡਾ ਸੁਭਾਅ ਹੁੰਦਾ ਉੱਦਾਂ ਦੀਆਂ ਚੀਜ਼ਾਂ ਤੁਹਾਨੂੰ ਮਿਲਦੀਆਂ ਬਿਲਕੁਲ ਉੱਦਾਂ ਦਾ ਤੁਹਾਨੂੰ ਮਾਹੌਲ ਮਿਲਦਾ ਹੈਗਾ ਤੇ ਤੁਸੀਂ ਉਹਦੇ ਵਿੱਚ ਰਚ ਮਿਚ ਜਾਂਦੇ ਹੈਗੇ ਹੋ ਨਾ ਬਿਲਕੁਲ ਤੇ ਜੇ ਆਪਾਂ ਕਹੀਏ ਕਿ ਜਿਵੇਂ ਹੁਣ ਤੁਸੀਂ ਸਟੇਜ ਤੇ ਬੋਲਦੇ ਹੋ ਮੈਂ ਤੇ ਤੁਹਾਨੂੰ ਸੁਣਿਆ ਜਦੋਂ ਮੈਂ ਇੱਥੇ ਕੈਨੇਡਾ ਦੇ ਵਿੱਚ ਆਇਆ ਤੇ ਮੈਂ ਪਹਿਲੇ ਸਾਲ ਹੀ ਤੁਹਾਨੂੰ ਸੁਣਿਆ ਵੀ ਤੁਸੀਂ ਜੋਕ ਸੁਣਿਆ ਮੈਨੂੰ ਤੁਹਾਡਾ ਜੋਕ ਸੁਣਾਉਣ ਦਾ ਜਿਹੜਾ ਸਟਾਈਲ ਹਾਲਾਂਕਿ ਜੋਕ ਮੋਸਟਲੀ ਬੰਦੇ ਨੇ ਸੁਣੇ ਵੀ ਹੁੰਦੇ ਨੇ ਹਾਂਜੀ ਹਾਂਜੀ ਹਾਂ ਪਰ ਜਿਹੜਾ ਤੁਹਾਡਾ ਇੱਕ ਯੂਨੀਕ ਸਟਾਈਲ ਹੈਗਾ ਇਸ ਸੁਣਾਉਣ ਦਾ ਉਹਦੇ ਕਰਕੇ ਹਰੇਕ ਦੀ ਰੁਚੀ ਹੁੰਦੀ ਵੀ ਚਲੋ ਯਾਰ ਇੱਕ ਵਾਰੀ ਹੋਰ ਸੁਣ ਲੈਂਦੇ ਹੈਗੇ ਆ ਬਿਲਕੁਲ ਠੀਕ ਹੈ ਇਹ ਤੁਹਾਡੀ ਗੱਲ ਬਹੁਤ ਸੋਹਣੀ ਹੈ ਇਹ ਕਦੋਂ ਸ਼ੁਰੂ ਕੀਤਾ ਤੁਸੀਂ ਵੀ ਸਟੇਜ ਉੱਤੇ ਜਾ ਕੇ ਜਿਵੇਂ ਆਪਾਂ ਸਟੈਂਡ ਅਪ ਕਮੇਡੀ ਜਿਹਨੂੰ ਕਹਿ ਦਿੰਦੇ ਅੱਜ ਕੱਲ੍ਹ ਮਾਡਰਨ ਲੈਂਗੁਏਜ ਦੇ ਵਿੱਚ ਇਹ ਸਟੈਂਡ ਅਪ ਕਮੇਡੀ ਤੁਸੀਂ ਸਬਰ ਸਟ੍ਰੈਟਜੀਆਂ ਦੇ ਵਿੱਚ ਕਦੋਂ ਸ਼ੁਰੂ ਕੀਤੀ ਤੁਸੀਂ ਅਸਲ ਵਿੱਚ ਮੇਰਾ ਇਹ ਸ਼ੌਂਕ ਹੈਗਾ ਸੀ ਸਾਰੀਆਂ ਮਹਿਫਲਾਂ ਮੈਂ ਸੁਣਾਉਣਾ ਪਰ ਜਦੋਂ ਮੇਰੀ ਰਿਟਾਇਰਮੈਂਟ ਹੋ ਗਈ ਨਾ ਫਿਰ ਮੇਰੇ ਕੋਲ ਟਾਈਮ ਹੋ ਗਿਆ ਕਾਫੀ ਜ਼ਿਆਦਾ ਫਿਰ ਮੈਂ ਆਰਗੇਨਾਈਜੇਸ਼ਨ ਜਿਹੜੀਆਂ ਇੱਥੋਂ ਦੀਆਂ ਪੰਜਾਬੀ ਲਿਖਾਰੀ ਸਭਾ ਪੰਜਾਬੀ ਸਾਹਿਤ ਸਭਾ ਅਰਪਣ ਲਿਖਾਰੀ ਸਭਾ ਤੇ ਹੋਰ ਸਾਰੀ ਸੋਸਾਇਟੀਜ਼ ਹੈਗੀਆਂ ਹਾਂਜੀ ਹਾਂਜੀ ਉਹਨਾਂ ਵਿੱਚ ਜਾਣਾ ਸ਼ੁਰੂ ਕਰ ਦਿੱਤਾ ਥੋੜਾ ਥੋੜਾ ਤੇ ਉਹਦੇ ਨਾਲ ਲੋਕਾਂ ਨੂੰ ਬੜੀ ਖੁਸ਼ੀ ਹੋਣੀ ਫਿਰ ਨਾਰਥ ਕੈਲਗਰੀ ਕਲਚਰ ਐਸੋਸੀਏਸ਼ਨ ਹੈਗੀ ਆ ਜਿਹੜੀ ਉਹ ਉਹਨਾਂ ਨੇ ਖਾਸ ਕਰਕੇ ਰੈਕੋਗਨੀਸ਼ਨ ਮੈਨੂੰ ਦਿੱਤੀ ਫਿਰ ਰੈਡ ਐਫ ਐਮ ਤੇ ਰਿਸ਼ੀ ਨਾਗਰ ਜੀ ਨਾਲ ਇੰਟਰਵਿਊ ਹੋਈ ਉਹਦੇ ਉਹ ਵੀ ਪਲੈਟਫਾਰਮ ਮਿਲ ਗਿਆ ਐਕਸਪੋਜ਼ਰ ਮਿਲ ਗਿਆ ਫਿਰ ਆਰਗੇਨਾਈਜੇਸ਼ਨ ਨੇ ਜਾਣਾ ਤੇ ਉੱਥੇ ਫਿਰ ਉਹਨਾਂ ਨੇ ਵੀਡੀਓ ਬਣਾ ਕੇ ਤੇ ਉਹ ਪਾ ਦੇਣੀ ਤੇ ਉਹ ਫਿਰ ਐਸਾ ਹੋਇਆ ਵੀ ਸਾਰਿਆਂ ਨੇ ਪਸੰਦ ਕੀਤਾ ਕਿਉਂਕਿ ਜਿੰਨਾ ਰਿਸਪੋਂਸ ਮਿਲਿਆ ਜਿੰਨਾ ਪਿਆਰ ਮਿਲਿਆ ਜਿੰਨਾ ਹੁੰਗਾਰਾ ਮਿਲਿਆ ਉਹਦੇ ਨਾਲ ਫਿਰ ਇਹ ਪ੍ਰਫੁੱਲਤ ਹੋਈ ਫਿਰ ਇਹ ਇੱਕ ਐਸੀ ਚੀਜ਼ ਸੀ ਜਿਹੜੀ ਰੱਬੋ ਹੀ ਦਾਤ ਮਿਲੀ ਹੁੰਦੀ ਪਰ ਇਹ ਪਰਿਵਾਰਿਕ ਹੈ ਸਾਫ ਸੁਥਰੇ ਚੁਟਕਲੇ ਜਿਹੜੇ ਪਰਿਵਾਰ ਵਿੱਚ ਬਹਿ ਕੇ ਅਸੀਂ ਇੰਜੋਏ ਕਰ ਸਕਦੇ ਹਾਂ ਮੈਨੂੰ ਇੰਨੀ ਫੀਡਬੈਕ ਮਿਲ ਰਹੀ ਹੈ ਕਈ ਕਹਿੰਦੇ ਜੀ ਤੁਸੀਂ ਪੰਜਾਬੀ ਦੇ ਸੱਚੇ ਸਪੂਤ ਹੋ ਤੁਸੀਂ ਪੰਜਾਬੀ ਫੈਲਾ ਰਹੇ ਹੋ ਬਲਕਿ ਕਈ ਛੋਟੇ ਬੱਚਿਆਂ ਨੂੰ ਵੀ ਮੁੰਡਿਆਂ ਨੂੰ ਕੁੜੀਆਂ ਨੂੰ ਵੀ ਲਿਆਉਂਦੇ ਨੇ ਨਾਲ ਨਾ ਤੇ ਉਹ ਕਹਿੰਦੇ ਜੀ ਸਾਡੇ ਬੱਚੇ ਵੀ ਬੜੇ ਫੈਨ ਨੇ ਕਿਉਂਕਿ ਉਹ ਪੁੱਛਦੇ ਨੇ ਤੁਸੀਂ ਹੱਸ ਰਹੇ ਹੋ ਅੰਕਲ ਕੀ ਕਹਿੰਦੇ ਸੀ ਫਿਰ ਉਹ ਪੰਜਾਬੀ ਚ ਉਹਨਾਂ ਨੂੰ ਦੱਸਦੇ ਨੇ ਫਿਰ ਇਹ ਤੁਹਾਡੀ ਗੱਲ ਬੜੀ ਬਹੁਤ ਸੋਹਣੀ ਸੱਚੀ ਔਰ ਬੜੀ ਪਿਆਰੀ ਹੈ ਕਿ ਮੇਰਾ ਤਾਂ ਥੋੜਾ ਅੰਦਾਜ਼ ਹੈ ਇੱਦਾਂ ਦਾ ਉਹ ਫਿਰ ਮੈਨੂੰ ਚੁਟਕਲੇ ਖਾਸ ਜਿਹੜੇ ਹੋਏ ਨੇ ਉਹ ਵੀ ਕਹਿੰਦੇ ਨੇ ਜੀ ਇਹ ਸੁਣਾਓ ਦੂਜਾ ਜਿਵੇਂ ਤੁਹਾਨੂੰ ਤੁਸੀਂ ਪਹਿਲਾਂ ਸ਼ੁਰੂ ਸ਼ੁਰੂ 'ਚ ਗਏ ਅਤੇ ਤੁਸੀਂ ਐਵੇਂ ਚਲੋ ਵੀ ਕੁਛ ਕਹਿੰਦੇ ਵੀ ਤੁਸੀਂ ਵੀ ਬੋਲੋ ਜੀ ਕੁਛ ਹੈ ਨਾ ਤੁਸੀਂ ਜੋਕ ਸੁਣਾ ਤੇ ਅਤੇ ਲੋਕਾਂ ਨੂੰ ਲੱਗਿਆ ਵੀ ਵਧੀਆ ਲੱਗਿਆ ਵੀ ਅਗਲੀ ਵਾਰੀ ਫਿਰ ਉਹ ਡਿਮਾਂਡ ਕਰਨਾ ਪੈਂਦੇ ਨੇ ਵੀ ਲਓ ਜੀ ਅੰਕਲ ਜੀ ਤੁਸੀਂ ਵੀ ਸੁਣਾਓ ਹੈ ਨਾ ਹਾਂਜੀ 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 ਤੁਹਾਡੇ 'ਤੇ ਥੋੜ੍ਹਾ ਪ੍ਰੈਸ਼ਰ ਵੀ ਹੁੰਦਾ ਹੋਣਾ ਕਿ ਮੈਂ ਯਾਰ ਅੱਜ ਸਭਾ 'ਚ ਸਟੈਟੀ ਜਾਣਾ ਜੇ ਉਹਨਾਂ ਨੇ ਮੈਨੂੰ ਕਿਹਾ ਕੁਛ ਸੁਣਾਉਣ ਨੂੰ ਤਾਂ ਮੈਂ ਜੋਕ ਸੁਣਾਉਣੇ ਤਾਂ ਕੁਛ ਤਿਆਰ ਕਰਕੇ ਵੀ ਤਾਂ ਲੈ ਕੇ ਜਾਣ ਦੇ ਇੱਕ ਪ੍ਰੈਸ਼ਰ ਬਣ ਜਾਂਦਾ ਬੰਦੇ ਦੇ ਉੱਤੇ ਕਿਸ ਤਰ੍ਹਾਂ ਦਾ ਪ੍ਰੋਗਰਾਮ ਹੈਗਾ ਤੇ ਕਿਸ ਤਰ੍ਹਾਂ ਦੇ ਉਸ ਤਰ੍ਹਾਂ ਦੀ ਵੀ ਤਿਆਰੀ ਕਰਦੇ ਹੈਗੇ ਤੁਸੀਂ ਬਿਲਕੁਲ ਠੀਕ ਹੈ ਇਹ ਤੁਹਾਡੀ ਗੱਲ ਬਿਲਕੁਲ ਠੀਕ ਹੈ ਮੈਂ ਇਹ ਦੱਸਣਾ ਚਾਹੁੰਦਾ ਕਿ ਇਹ ਸਾਡੀਆਂ ਐਸੋਸੀਏਸ਼ਨ ਜਿਹੜੀਆਂ ਉੱਥੇ ਫਿਰ ਹਰ ਕਿਸੇ ਨੂੰ ਟਾਈਮ ਦਿੰਦੇ ਨੇ ਹਾਂਜੀ ਤੁਸੀਂ ਕੁਛ ਕਹਿਣਾ ਚਾਹੁੰਦੇ ਹੋ ਮੈਂ ਇਹ ਜਦੋਂ ਨਾਰਥ ਕੈਲਗਰੀ ਕਲਚਰ ਐਸੋਸੀਏਸ਼ਨ ਗਿਆ ਨਾ ਜਦੋਂ ਤੁਸੀਂ ਕੁਛ ਸੁਣਾਉਂਦੇ ਹੋ ਨਾ
ਫਿਰ ਤੁਸੀਂ ਸਾਹਮਣੇ ਕੁਛ ਇਹੋ ਜਿਹੇ ਫੇਸਿਸ ਲੱਭਦੇ ਹੋ ਜਿਹੜੇ ਰਿਸੈਪਟਿਵ ਮਾਈਂਡ ਦੇ ਹੋਣ। ਅੱਛਾ, ਪਹਿਲੀ ਵਾਰੀ ਜਦੋਂ ਮੈਂ ਗਿਆ ਨਾ, ਬੜੀ ਕਮਾਲ ਦੀ ਗੱਲ ਹੈਗੀ ਜੀ, ਮੈਂ ਸਾਰਿਆਂ ਨੂੰ ਵੇਖਿਆ। ਇੱਕ ਸਾਡੀ ਪੰਜਾਬੀ ਪੰਜਾਬੀਆਂ ਵਿੱਚ ਇਹ ਵੀ ਹੈ ਵੀ ਉਹ ਨਾ ਸੀਰੀਅਸ ਮਾਈਂਡ ਹੀ ਬੈਠੇ ਹੁੰਦੇ ਨੇ। ਉਹ ਜਦੋਂ ਮੈਂ ਚੁਟਕਲਾ ਸੁਣਾਉਣ ਲੱਗਿਆ ਨਾ, ਤੇ ਮੈਨੂੰ ਕੋਈ ਇਹੋ ਜਿਹਾ ਫੇਸ ਨਹੀਂ ਲੱਭਿਆ ਜਿਹੜਾ ਰਿਸੈਪਟਿਵ ਮਾਈਂਡ ਹੋਵੇ, ਪਰ ਫਿਰ ਵੀ ਮੈਂ ਸੁਣਾ ਦਿੱਤੇ। ਲਓ ਜੀ, ਉਹ ਦਿਨ ਗਿਆ। ਉਸ ਤੋਂ ਬਾਅਦ ਹਰ ਹਫ਼ਤੇ ਜਦੋਂ ਸਾਡੀ ਮੀਟਿੰਗ ਹੁੰਦੀ ਨਾ, ਇੱਕ ਨਹੀਂ, ਦੋ ਨਹੀਂ, ਦਸ ਦਸ, ਪੰਦਰਾਂ ਪੰਦਰਾਂ, ਵੀਹ ਵੀਹ, ਸਾਰਿਆਂ ਦੇ ਚਿਹਰੇ ਖਿਲੇ ਹੋਏ ਹੁੰਦੇ ਨੇ। ਉਹਦੇ ਨਾਲ ਤੁਹਾਡੇ ਵਿੱਚੋਂ ਨਾ ਉਹ ਫਿਰ ਉਤਸ਼ਾਹ ਮਿਲਦਾ। ਤੇ ਹੁਣ ਇਹ ਹੋ ਗਿਆ ਕਿ ਜਿੱਥੇ ਵੀ ਜਾਈਦਾ ਨਾ, ਸਗੋਂ ਸਾਰੇ ਸੁਣਾਉਣ ਲੱਗ ਪਏ ਨੇ ਚੁਟਕਲੇ। ਹਰ ਕੋਈ ਕਹੇਗਾ ਮੈਂ ਵੀ ਚੁਟਕਲਾ ਸੁਣਾਉਂਦਾ, ਮੈਂ ਵੀ ਸੁਣਾਉਂਦਾ, ਮੈਂ ਵੀ ਸੁਣਾਉਂਦਾ। ਇਹ ਠੀਕ ਹੈ, ਮੇਰਾ ਅੰਦਾਜ਼ ਹੈ, ਮੈਨੂੰ ਚੰਗਾ ਲੱਗਦਾ, ਮੈਂ ਮੇਰਾ ਸਟਾਈਲ ਹੈਗਾ। ਪਰ ਮੈਨੂੰ ਇੰਝ ਲੱਗਦਾ, ਮੈਂ ਇੱਕ ਵਾਰੀ ਐਸੋਸੀਏਸ਼ਨ ਵਿੱਚ ਵੀ ਕਿਹਾ ਸੀ ਕਿ ਜਦੋਂ ਮੈਂ ਆਇਆ ਸੀ ਨਾ ਪਹਿਲੀ ਵਾਰੀ, ਉਦੋਂ ਮੈਂ ਬਿਮਾਰ ਸੀ, ਮੈਨੂੰ ਲਾਫਟਰ ਦਾ ਵਾਇਰਸ ਚਿੰਬੜਿਆ ਹੋਇਆ ਸੀ, ਤੇ ਮੈਨੂੰ ਖੁਸ਼ੀ ਹੋ ਰਹੀ ਹੈ ਕਿ ਮੈਂ ਸਾਰਿਆਂ ਨੂੰ ਬਿਮਾਰ ਕਰ ਰਿਹਾ। ਬਿਲਕੁਲ, ਇੱਕ ਜਿਵੇਂ ਤੁਹਾਡੇ ਸਟਾਈਲ ਦੀ ਗੱਲ ਚੱਲੀ ਹੈਗੀ ਹੈ, ਤੇ ਕੁਛ ਆਪਣਾ ਸਟਾਈਲ ਪੇਸ਼ ਕਰੋ ਕਿ ਸਾਡੇ ਦਰਸ਼ਕ ਵੇਟ ਕਰ ਰਹੇ ਹੋਣੇ ਨੇ ਵੀ ਅੰਕਲ ਜੀ ਕੁਛ ਸੁਣਾਉਣਗੇ। ਇੱਕ ਜਿਹੜਾ ਤੁਹਾਡਾ ਯੂਨੀਕ ਸਟਾਈਲ ਜਿਹੜਾ ਮੈਨੂੰ ਲੱਗਦਾ ਹਰ ਇੱਕ ਨੂੰ ਪਸੰਦ ਹੈਗਾ, ਕੋਈ ਜਿਹੜਾ ਜੋਕ ਹੈਗਾ, ਕੋਈ ਸੌਂਗ ਹੀ ਹੈ, ਤੇ ਉਹ ਵਾਲਾ ਪੇਸ਼ ਕਰੋ। ਸਤਵਿੰਦਰ ਜੀ, ਮੈਨੂੰ ਇੰਨੀ ਖੁਸ਼ੀ ਹੁੰਦੀ ਹੈ ਜਦੋਂ ਮੈਨੂੰ ਜੋ ਜਿਨ੍ਹਾਂ ਨੂੰ ਮੈਂ ਨਹੀਂ ਜਾਣਦਾ ਔਰ ਮੈਨੂੰ ਮਿਲਦੇ ਨੇ, ਤੇ ਉਹ ਆ ਕੇ ਕਹਿੰਦੇ ਨੇ ਸੌਂਗ ਹੀ ਹੈ, ਮੈਨੂੰ ਬੇਹੱਦ ਖੁਸ਼ੀ ਹੁੰਦੀ ਹੈ। ਫਿਰ ਕੋਈ ਕਹੇਗਾ ਕਿ ਉਹ ਜੀ ਪੋਚਾ ਹਾਲੇ ਗਿੱਲਾ ਹੈ, ਕੁਛ ਏਦਾਂ ਦੇ ਜਦੋਂ ਕਹਿੰਦੇ ਨੇ ਨਾ। ਬਲਕਿ ਇੱਥੋਂ ਦੇ ਇੱਕ MLA ਵੀ, ਇੱਕ ਮੀਟਿੰਗ ਹੋ ਰਹੀ ਸੀ, ਉਹ ਸਪੈਸ਼ਲੀ ਮੇਰੇ ਕੋਲ ਆਏ ਤੇ ਆ ਕੇ ਮੈਨੂੰ ਕਹਿੰਦੇ ਹਾਲੇ ਸੌਂਗ ਹੀ ਹੈ। ਉਹ ਮੈਂ ਸ਼ੇਅਰ ਕਰਦਾ ਜੀ ਤੁਹਾਡੇ ਨਾਲ। ਉਹ ਇਸ ਤਰ੍ਹਾਂ ਹੋਇਆ ਜੀ ਕਿ ਇੱਕ ਆਦਮੀ ਬੜਾ ਬਿਮਾਰ ਸੀ ਜੀ, ਬਹੁਤ ਜ਼ਿਆਦਾ ਬਿਮਾਰ ਸੀ, ਅਤੇ ਉਹ ਡਾਕਟਰ ਕੋਲ ਚਲਾ ਗਿਆ ਜੀ ਆਪਣਾ ਚੈੱਕਅਪ ਵਾਸਤੇ। ਜਦੋਂ ਚੈੱਕਅਪ ਕਰਾ ਕੇ ਘਰ ਆਇਆ ਨਾ, ਤੇ ਉਹਦੀ ਪਤਨੀ ਪੁੱਛਦੀ ਹੈ ਵੀ ਡਾਕਟਰ ਨੇ ਕੀ ਕਿਹਾ ਸੀ, ਤੇ ਉਹ ਕਹਿਣ ਲੱਗਾ ਡਾਕਟਰ ਨੇ ਕਿਹਾ ਸੀ ਕਿ ਤੂੰ ਠੀਕ ਨਹੀਂ ਹੋ ਸਕਦਾ। ਉਹਨੇ ਜਵਾਬ ਦੇ ਦਿੱਤਾ, ਕਹਿੰਦਾ ਬਸ ਤੂੰ 6-8 ਘੰਟੇ ਹੀ ਜ਼ਿੰਦਾ ਰਹੇਗਾ ਅਤੇ ਤੂੰ ਸਵੇਰ ਨਹੀਂ ਦੇਖਣੀ ਜੀ। ਬੜਾ ਮਾੜੀ ਗੱਲ ਹੋਈ, ਅਫਸੋਸ ਹੋਇਆ, ਪਰ ਉਹ ਗੱਲਾਂ ਗੁੱਲਾਂ ਕਰਕੇ ਫਿਰ ਸੌਂ ਗਏ। ਹੁਣ ਪਤੀ ਨੂੰ ਨੀਂਦਰ ਨਹੀਂ ਸੀ ਆ ਰਹੀ, ਤੇ ਪਤੀ ਆਪਣੀ ਪਤਨੀ ਨੂੰ ਕਹਿੰਦਾ ਸੌਂ ਗਈ ਸੌਂ ਗਈ। ਪਤਨੀ ਕਹਿੰਦੀ ਹੋਰ ਕੀ ਕਰਾਂ, ਤੁਸੀਂ ਤਾਂ ਸਵੇਰੇ ਉੱਠਣਾ ਨਹੀਂ, ਮੈਂ ਤਾਂ ਉੱਠਣਾ ਹੈ ਨਾ। ਹੁਣ ਇਹ ਸੌਂ ਗਈ ਹੈ, ਮੇਰੇ ਬ੍ਰਦਰ ਹੈਗੇ ਨੇ ਚੰਡੀਗੜ੍ਹ 'ਚ, ਉਹਨਾਂ ਦੀ 85 ਈਅਰ ਏਜ ਹੈ, ਉਹ ਵੀ ਮੈਨੂੰ ਇਹੀ ਕਹਿੰਦੇ ਨੇ ਫੋਨ 'ਤੇ। ਇੱਕ ਹੋਰ ਮੈਂ ਸ਼ੇਅਰ ਕਰਨਾ ਚਾਹਾਂਗਾ। ਉਹ ਇੱਕ ਸਿਪਾਹੀ ਨੇ ਨਾ ਥਾਣੇ ਫੋਨ ਕੀਤਾ, ਅਤੇ ਥਾਣੇਦਾਰ ਨੂੰ ਕਹਿੰਦਾ ਹੈ ਕਿ ਜਨਾਬ ਮੈਂ ਮੌਕਾ ਵਾਰਦਾਤ ਤੋਂ ਬੋਲ ਰਿਹਾ, ਤੇ ਇੱਥੇ ਇੱਕ ਔਰਤ ਨੇ ਆਪਣੇ ਪਤੀ ਨੂੰ ਗੋਲੀ ਮਾਰ ਦਿੱਤੀ ਹੈ। ਅੱਛਾ। ਥਾਣੇਦਾਰ ਕਹਿੰਦਾ ਕਿਉਂ ਮਾਰੀ ਹੈ? ਉਹ ਕਹਿੰਦਾ ਜੀ ਉਹ ਪਤਨੀ ਪੋਚਾ ਫੇਰ ਰਹੀ ਸੀ, ਪੋਚਾ ਪਤੀ ਨੇ ਉੱਤੇ ਪੈਰ ਰੱਖ ਦਿੱਤਾ ਤੇ ਪਤਨੀ ਨੇ ਉਹਨੂੰ ਗੋਲੀ ਮਾਰ ਦਿੱਤੀ। ਤੇ ਉਹ ਕਹਿਣ ਲੱਗਿਆ ਕਿ ਤੁਸੀਂ ਫਿਰ ਉਸ ਔਰਤ ਨੂੰ ਗ੍ਰਿਫਤਾਰ ਕਰ ਲਿਆ? ਤੇ ਸਿਪਾਹੀ ਕਹਿੰਦਾ ਨਹੀਂ, ਕਿਉਂਕਿ ਪੋਚਾ ਹਾਲੇ ਗਿੱਲਾ। ਮੈਨੂੰ ਵੀ ਨਾ ਕਿਤੇ ਗੋਲੀ ਮਾਰ। ਹਾਲਾਂਕਿ ਇਹ ਜਿਹੜੇ ਜੋਕਸ ਹੈਗੇ ਨੇ, ਜਿਵੇਂ ਪੋਚੇ ਵਾਲੀ ਗੱਲ ਆਪਾਂ ਜੇ ਇਹਨੂੰ ਐਕਸਪਲੇਨ ਕਰੀਏ, ਤਾਂ ਆਪਾਂ ਆਮ ਹੀ ਦੇਖਦੇ ਇੰਡੀਆ 'ਚ, ਖਾਸ ਕਰਕੇ ਵੀ ਉਹ ਪੱਥਰ ਲੱਗਾ ਹੁੰਦਾ ਜਾਂ ਸੀਮਿੰਟ ਦਾ ਹੁੰਦਾ ਫਰਸ਼, ਤੇ ਉਹ ਗੰਦਾ ਹੁੰਦਾ, ਫਿਰ ਬੜੀ ਮੁਸ਼ਕਲ ਨਾਲ ਪੋਚਾ ਮਾਰਦੇ ਹੈਗੇ, ਹੈ ਨਾ, ਜੇ ਕੋਈ ਆ ਕੇ ਉੱਥੋਂ ਪੈਰ ਲਾ ਦੇਵੇ ਬਾਹਰੋਂ ਆ ਕੇ ਮਿੱਟੀ ਵਾਲੇ, ਤੇ ਉਹ ਆ ਕੇ ਗੋਲੀ ਮਾਰਨ ਵਾਲਾ ਹੀ ਉਹਦਾ ਐਟੀਚਿਊਡ, ਉਹਦਾ ਗੋਲੀ ਮਾਰਨ ਵਾਲੇ ਐਟੀਚਿਊਡ ਹੋ ਜਾਂਦਾ। ਤਾਂ ਬਹੁਤ ਜ਼ਿਆਦਾ ਮਾਈਂਡ ਵੀ ਕਰਦੀਆਂ ਹੈਗੀਆਂ ਲੇਡੀ, ਅਗਰ ਕੋਈ ਸਫਾਈ ਕਰ ਰਹੀ ਹੈ ਤਾਂ ਤੁਸੀਂ ਆ ਕੇ ਗਿੱਲੇ ਗਿੱਲੇ ਉੱਥੇ ਪੋਚਾ। ਬਿਲਕੁਲ ਜੀ, ਬਿਲਕੁਲ ਬਿਲਕੁਲ। ਉੱਥੋਂ ਹੀ ਮੈਨੂੰ ਇੱਕ ਹੋਰ ਯਾਦ ਆਇਆ, ਕੋਈ ਕਹਿੰਦੇ ਨੇ ਕਿ ਫਰਜ਼ ਕੀਤਾ ਪਤੀ ਬਾਹਰੋਂ ਭੇਜਿਆ ਹੋਇਆ ਆਉਂਦਾ, ਬਾਰਿਸ਼ ਪੈ ਰਹੀ ਹੈ, ਤੇ ਪਹਿਲਾਂ ਪਤਨੀਆਂ ਸਵਾਗਤ ਕਰਦੀਆਂ ਸੀ ਵੀ ਵਿਚਾਰਾ ਠੰਡ ਵਿੱਚ ਆਇਆ। ਅੱਜ ਕੱਲ੍ਹ ਇਹ ਹੈ ਕਿ ਪਤੀ ਭੇਜਿਆ ਹੋਇਆ ਆਵੇ ਨਾ, ਤੇ ਪਤਨੀ ਉੱਥੇ ਗੇਟ 'ਤੇ ਖੜ ਕੇ ਕਹਿੰਦੀ ਹੈ ਉੱਥੇ ਹੀ ਖੜਾ ਰਹਿ, ਉੱਥੇ ਹੀ ਖੜਾ ਰਹਿ, ਨਹੀਂ ਤਾਂ ਸਾਰਾ ਕਮਰਾ ਗਿੱਲਾ ਕਰ ਦੇਗਾ ਅਤੇ ਪੋਚਾ ਤੈਨੂੰ
ਮੈਨੂੰ ਹੀ ਫੇਰਨਾ ਪੈਣਾ। ਬਿਲਕੁਲ ਸਹੀ ਗੱਲ। ਦੂਜਾ ਜਿਹੜਾ ਹੈਗਾ ਕਿ ਇਹ ਆਪਾਂ ਜਿਵੇਂ ਜੋਕ ਦੀ ਗੱਲ ਕਰਦੇ ਹੈਗੇ ਹਾਂ, ਚੁਟਕਲਿਆਂ ਦੀ ਗੱਲ ਕਰਦੇ ਹੈਗੇ, ਆਮ ਲਾਈਫ ਵਿੱਚ ਵੀ ਮਿਲਦੇ ਹੈਗੇ ਨੇ, ਅਤੇ ਤੁਹਾਨੂੰ ਇਹ ਕਿੱਥੋਂ ਮਤਲਬ ਜਿਹੜੇ ਹੈਗੇ ਨੇ ਵੀ ਜੋਕਸ ਨਵੇਂ ਤੋਂ ਨਵੇਂ ਤੁਸੀਂ ਕਿੱਥੋਂ ਪੈਦਾ ਕਰਦੇ ਹੋ, ਕਿੱਥੋਂ ਲੈ ਕੇ ਆਉਂਦੇ ਹੋ, ਹਾਊ ਯੂ ਕਲੈਕਟ ਦਾ ਜੋਕਸ? ਵੈਸੇ ਕੁਝ ਤਾਂ ਐਵੇਂ ਤੁਰਦਿਆਂ ਫਿਰਦਿਆਂ ਹੀ ਜੋਕ ਮਿਲ ਜਾਂਦੇ ਨੇ, ਪਰ ਬਹੁਤੇ ਜੋਕ ਮੈਨੂੰ ਨਾ ਮੈਂ ਮੈਗਜ਼ੀਨਾਂ ਅਖਬਾਰਾਂ ਵਿੱਚ ਆਉਂਦੇ ਸੀ, ਪਹਿਲਾਂ ਅਖਬਾਰਾਂ ਵਿੱਚ ਆਉਂਦੇ ਸੀ, ਹੁਣ ਵੀ ਅਖਬਾਰ ਵਿੱਚ ਆਉਂਦੇ ਨੇ ਜ਼ਰੂਰ। ਉਹ ਮੇਰੀ ਕਿਉਂਕਿ ਹੌਬੀ ਹੈ, ਮੈਂ ਉਹ ਪੜ੍ਹ ਲੈਂਦਾ ਅਤੇ ਆਪਣੇ ਕੋਲ ਰੱਖ ਲੈਂਦਾ, ਫਿਰ ਉਹਨੂੰ ਆਪਣਾ ਵਰਜਨ ਆਪਣੇ ਥੋੜ੍ਹੀ ਜਿਹੀ ਲੈਂਗੁਏਜ ਦੇ ਹਿਸਾਬ ਨਾਲ ਕਰ ਲਈਦਾ। ਪਰ ਅੱਜ ਕੱਲ੍ਹ ਵਟਸਐਪ 'ਤੇ ਇੰਨਾ ਮਟੀਰੀਅਲ ਆ ਰਿਹਾ, ਭੇਜੀ ਜਾ ਰਹੇ ਨੇ ਲੋਕੀ, ਕਿਉਂਕਿ ਲੋਕੀ ਖੁਸ਼ ਰਹਿਣਾ ਚਾਹੁੰਦੇ ਨੇ, ਹੱਸਣਾ ਚਾਹੁੰਦੇ ਨੇ, ਔਰ ਸਾਫ਼ ਸੁਥਰੇ ਭੇਜਦੇ ਨੇ, ਉਹ ਮੈਨੂੰ ਮਟੀਰੀਅਲ ਮਿਲ ਜਾਂਦਾ, ਬਲਕਿ ਇੰਗਲਿਸ਼ ਜੋਕ ਵੀ ਮਿਲ ਜਾਂਦੇ ਨੇ, ਹਿੰਦੀ ਵਾਲੇ ਵੀ ਮਿਲ ਜਾਂਦੇ ਨੇ, ਫਿਰ ਮੈਂ ਆਪਣੇ ਹਿਸਾਬ ਨਾਲ ਮੋਡੀਫਾਈ ਕਰ ਲੈਂਦਾ। ਬਿਲਕੁਲ ਸਹੀ ਗੱਲ। ਇੱਕ ਵਾਰੀ ਏਦਾਂ ਹੀ ਨਾ ਕੋਈ ਬੰਦਾ ਸੜਕ ਦੇ ਕਿਨਾਰੇ ਖੜਾ ਸੀ, ਕਹਿੰਦੇ ਤੇ ਉਹ ਕਹਿੰਦਾ ਵੀ $1 ਦਿਓ ਤੇ ਜੋਕ ਸੁਣੋ, ਹਨਾ, $1 ਦੇਣਾ, ਉਹਨੇ ਉਹਦੇ ਟੈਂਟ ਚ ਜਾ ਕੇ ਨਾ ਜੋਕ ਸੁਣਾਉਣਾ ਉਹਨੂੰ, ਤੇ ਉਹਨੇ ਹੱਸਦੇ ਆਉਣਾ, ਬੰਦਿਆਂ ਨੇ ਖੁਸ਼ ਹੋ ਜਾਣਾ ਵੀ ਅੱਜ ਮੇਰਾ ਦਿਨ ਵਧੀਆ ਹੋ ਗਿਆ, ਹਨਾ, $1 ਲੱਗ ਗਿਆ। ਇੱਕ ਬੰਦੇ ਮੇਰੇ ਵਰਗੇ ਨੇ ਕਿਸੇ ਨੇ ਉਹਨੂੰ ਪੁੱਛਿਆ ਵੀ ਤੂੰ ਇੰਨੇ ਜੋਕ ਕਿੱਥੋਂ ਮਤਲਬ ਤੈਨੂੰ ਆਉਂਦੇ ਹੈਗੇ ਨਾ, ਨਵੇਂ ਤੋਂ ਨਵੇਂ ਜੋਕ ਤੂੰ ਕਿੱਦਾਂ ਕੱਢਦਾ? ਉਹ ਕਹਿੰਦਾ ਐਕਚੁਅਲੀ ਜਦੋਂ ਮੈਂ ਇੱਕ ਜੋਕ ਸੁਣਾਉਂਦਾ ਨਾ ਕਿਸੇ ਨੂੰ ਡਾਲਰ ਲੈ ਕੇ, ਕਹਿੰਦਾ ਦੋ ਮੈਨੂੰ ਹੋਰ ਸੁਣਾ ਜਾਂਦਾ, ਉਹ ਕਹਿੰਦਾ ਮੈਂ ਅਗਲਿਆਂ ਨੂੰ ਸੁਣਾ ਦਿੰਦਾ, ਬਹੁਤ ਅੱਛੇ, ਉਹ ਕਹਿੰਦਾ ਮੈਂ ਅਗਲਿਆਂ ਨੂੰ ਸੁਣਾ ਦਿੰਦਾ, ਮੇਰਾ ਕੰਮ ਐਂ ਚੱਲੀ ਜਾਂਦਾ ਹੈਗਾ। ਤੇ ਜੋਕ ਦੀ ਇਹ ਵੀ ਬੜੀ ਖੂਬਸੂਰਤੀ ਹੁੰਦੀ ਹੈ। ਬਿਲਕੁਲ ਠੀਕ ਹੈ, ਜੇ ਤੁਸੀਂ ਇੱਕ ਜੋਕ ਸੁਣਾਉਂਦੇ ਹੋ ਦੂਜੇ ਸਾਰੇ ਤਾਂ ਫਿਰ ਬਾਹਰ ਨਿਕਲਣੇ ਸ਼ੁਰੂ ਹੋ ਜਾਂਦੇ। ਬਿਲਕੁਲ ਬਿਲਕੁਲ, ਮੈਨੂੰ ਤਾਂ ਕਈ ਵੀ ਇਹ ਵੀ ਮੈਨੂੰ ਮਿਲਦੇ ਨੇ ਨਾ ਮਾਲ ਵਿੱਚ ਜਾਂ ਕਿਤੇ ਵੀ, ਤੇ ਕਹਿੰਦੇ ਨੇ ਅੰਕਲ ਜੀ ਤੁਹਾਡੇ ਜੋਕ ਬਹੁਤ ਵਧੀਆ ਨੇ, ਅੱਛਾ ਮੈਂ ਤੁਹਾਨੂੰ ਇਹ ਜੋਕ ਸੁਣਾਉਂਦਾ। ਬਿਲਕੁਲ, ਉਹ ਨਾਲ ਹੀ ਆਪਣਾ ਜਿਹੜਾ ਹੈਗਾ ਉਹਨਾਂ ਨੇ ਹੁੰਦਾ ਅੰਦਰ, ਜਦੋਂ ਕੋਈ ਸੁਣਾਉਂਦਾ ਫਿਰ ਬਾਹਰ ਨਿਕਲ ਜਾਂਦਾ। ਮਾਹੌਲ ਹੋਣਾ ਜ਼ਰੂਰੀ ਹੈ ਨਾ। ਬਿਲਕੁਲ, ਫਿਰ ਮੈਂ ਉਹਨਾਂ ਦਾ ਧੰਨਵਾਦ ਕਰਦਾ ਵੀ ਥੈਂਕਸ ਫਾਰ ਐਡਿੰਗ ਟੂ ਮਾਈ ਲਾਇਬ੍ਰੇਰੀ। ਬਿਲਕੁਲ। ਦੂਜਾ ਇਹ, ਹਾਲਾਂਕਿ ਜੋਕ ਜਿਹੜੇ ਹੈਗੇ ਨੇ ਖੁਸ਼ ਕਰਨ ਵਾਸਤੇ ਹੁੰਦੇ ਨੇ, ਇਹਦਾ ਕੋਈ ਹੋਰ ਮਕਸਦ ਨਹੀਂ ਹੁੰਦਾ, ਟੈਂਪਰੇਰੀ ਹੁੰਦਾ ਵੀ ਬੰਦਾ ਇੱਕ ਟੈਂਪਰੇਰੀ ਖੁਸ਼ ਹੋ ਗਿਆ, ਹੈ ਨਾ। ਹਾਂਜੀ ਹਾਂਜੀ। ਪਰ ਕਈ ਵਾਰੀ ਇੰਜ ਵੀ ਹੋਇਆ ਤੁਹਾਡੇ ਨਾਲ ਕਿ ਤੁਸੀਂ ਕੋਈ ਜੋਕ ਸੁਣਾਇਆ ਹੋਵੇ ਤੇ ਕਿਸੇ ਨੇ ਮਾਈਂਡ ਹੀ ਕਰ ਲਿਆ ਹੋਵੇ ਵੀ ਚੁੱਪ ਸਾਹਿਬ ਤੁਸੀਂ ਆਹ ਵੀ ਜੋਕ ਸੁਣਾਤਾ, ਏਦਾਂ ਥੋੜਾ ਹੁੰਦਾ ਵੀ ਜਾਂ ਕਿਸੇ ਲੇਡੀਜ਼ ਤੇ ਸੁਣਾਤਾ ਜਾਂ ਕਿਸੇ ਹੋਰ, ਕੋਈ ਕਦੀ ਏਦਾਂ ਦੀ ਘਟਨਾ ਤਾਂ ਨਹੀਂ ਵਾਪਰੀ ਅਜੇ ਤੱਕ? ਹਰ ਤਰ੍ਹਾਂ ਦੇ ਇਨਸਾਨ ਹੁੰਦੇ ਨੇ, ਕਈ ਜਿਨ੍ਹਾਂ ਨੇ ਦੁਖੀ ਰਹਿਣਾ ਉਹਨਾਂ ਦੁਖੀ ਰਹਿਣਾ, ਕੋਈ ਕਰ ਲੱਭ ਹੀ ਲੈਣਾ ਦੁਖੀ, ਉਹਨਾਂ ਨੇ ਦੁਖੀ ਰਹਿਣ ਦਾ ਬਹਾਨਾ ਲੱਭ ਹੀ ਲੈਣਾ, ਕਿਉਂਕਿ ਸਾਨੂੰ ਨਾ ਇੱਥੇ ਇਹਨਾਂ ਮੁਲਕਾਂ ਸੁੱਖ ਹੰਡਾਉਣੇ ਵੀ ਨਹੀਂ ਆਉਂਦੇ। ਉਹ ਕਈ ਵਾਰੀ ਹੁੰਦਾ, ਕਈ ਵਾਰੀ ਹੁੰਦਾ, ਬਲਕਿ ਮੇਰੇ ਭਰਾ ਜੀ ਵੱਡੇ ਹੈਗੇ ਨੇ, ਉਹਨਾਂ ਨੂੰ ਚੁਟਕਲਾ ਸੁਣਾਉਣਾ ਤੇ ਉਹਨਾਂ ਕਹਿਣਾ ਤਰਲੋਕ ਇਹਦਾ ਹੋ ਹੀ ਨਹੀਂ ਸਕਦਾ, ਉਹ ਮੈਂ ਕਹੇ ਤਾਂ ਹੀ ਤਾਂ ਚੁਟਕਲਾ ਹੈਗਾ, ਤਾਂ ਹੀ ਤਾਂ ਚੁਟਕਲਾ ਹੈਗਾ, ਤਾਂ ਹੀ ਚੁਟਕਲਾ ਕਹਿੰਦੇ ਹੈਗੇ ਵੀ। ਫਿਰ ਮੇਰੀ ਇਹ ਰਿਕੁਐਸਟ ਹੈ, ਔਰ ਲੋਕੀ ਸਾਰੇ ਜਾਣਦੇ ਨੇ ਕਿ ਚੁਟਕਲਿਆਂ ਦਾ ਪੋਸਟਮਾਰਟਮ ਨਾ ਕਰੋ, ਕਿਉਂਕਿ ਉਹ ਤਾਂ ਮਰ ਜਾਣਗੇ, ਤੜਪ ਤੜਪ ਕੇ ਮਰ ਜਾਣਗੇ। ਚੁਟਕਲਿਆਂ ਦਾ ਇੱਕੋ ਇੱਕ ਰਿਸਪੋਂਸ ਹੈਗਾ, ਬਸ। ਹੁਣ ਜੇ ਆਪਾਂ ਚਲੋ ਹੋਰ ਥੋੜੀ ਜਿਹੀ ਗੱਲ ਕਰ ਲੈਣੇ ਪੋਚੇ ਵਾਲੇ ਤੇ, ਵੀ ਜੇ ਹੁਣ ਮਤਲਬ ਪੋਚਾ ਲਾਇਆ ਜੇ ਘਰ ਵਾਲੇ ਨੇ ਪੈਰੇ ਵੀ ਲਾ ਦਿੱਤੇ, ਕਿਹੜਾ ਗੋਲੀ ਮਾਰਦਾ ਕੋਈ? ਤੇ ਜੋਕ ਹੀ ਬਣਾਇਆ, ਜੋਕ ਹੀ ਬਣਾਇਆ, ਤੇ ਗੋਲੀ ਥੋੜਾ ਕਿਉਂ ਮਾਰਦਾ? ਜੇ ਉਹ ਗੱਲ ਠੀਕ ਹੈ, ਜੇ ਪੋਸਟਮਾਰਟਮ ਕਰ ਲੱਗ ਪਏ ਜੋਕ ਹੀ ਮਰ ਜਾਏਗਾ। ਬਿਲਕੁਲ ਬਿਲਕੁਲ ਬਿਲਕੁਲ, ਮੈਂ ਵੀ, ਔਰ ਮੈਨੂੰ ਕਈ ਕਹਿੰਦੇ ਨੇ ਜੀ ਤੁਸੀਂ ਪਤਨੀਆਂ ਤੇ ਜੋਕ ਬੜੇ ਸੁਣਾਉਂਦੇ ਹੋ, ਤੇ ਇਹ ਮੈਂ ਹੁਣ ਨਿਊਯਾਰਕ ਤੋਂ ਆਇਆ, ਉੱਥੇ ਸਾਰੀਆਂ ਪਤਨੀਆਂ ਉਹ ਫੈਨ ਨੇ ਮੇਰੀਆਂ, ਔਰ ਉਹ ਕਹਿਣ ਲੱਗੀਆਂ ਜੀ ਤੁਸੀਂ ਕਮਾਲ ਦੇ ਜੋਕ ਸੁਣਾਉਂਦੇ ਹੋ, ਉਹਨਾਂ ਦੇ ਘਰ ਵਾਲੇ ਵੀ ਨਾਲ, ਔਰ ਇੰਨਾ ਇੰਜੋਏ ਕਰ। ਅੱਜ ਕੱਲ੍ਹ ਨਾ ਲੋਕਾਂ ਦਾ ਬਰੋਡ ਮਾਈਂਡਡ ਬੜਾ ਹੋ ਗਿਆ, ਕਿਉਂਕਿ ਜ਼ਿੰਦਗੀ ਵਿੱਚ ਹਾਸੇ ਖਤਮ ਹੋ ਰਹੇ ਨੇ, ਖੁਸ਼ੀਆਂ ਖਤਮ ਹੋ ਰਹੀਆਂ ਨੇ। ਮੈਨੂੰ ਕਿਸੇ ਨੇ ਕਿਹਾ, ਕਹਿੰਦੇ ਜੀ ਤੁਸੀਂ ਪਤਨੀਆਂ ਨੂੰ ਬੜਾ ਤਵਾ ਲਗਾਉਂਦੇ ਹੋ। ਅੱਛਾ, ਮੈਂ ਸੱਚ ਦੱਸਾਂ, ਮੈਨੂੰ ਤਵਾ ਲਗਾਉਣ ਦਾ ਮਤਲਬ ਵੀ ਨਹੀਂ ਸੀ ਪਤਾ, ਫਿਰ ਮੈਨੂੰ ਬਾਅਦ ਵਿੱਚ ਪਤਾ ਲੱਗਿਆ ਵੀ ਮੈਂ ਕਿਹਾ ਤਵਾ ਤਾਂ ਫੁਲਕੇ ਬਣਾਉਣ ਵਾਸਤੇ ਹੀ ਹੁੰਦਾ ਨਾ, ਇਹ ਤਵਾ ਕਿਹੜਾ ਲਾਇਆ? ਫਿਰ ਮੈਨੂੰ ਕਿਸੇ ਦੱਸਿਆ ਵੀ ਕਿਹੜਾ ਤਵਾ, ਉੱਥੋਂ ਮੈਨੂੰ ਇੱਕ ਯਾਦ ਆਇਆ, ਸਤਵਿੰਦਰ ਸਿੰਘ ਜੀ, ਇੱਕ ਪਤਨੀ ਕਹਿੰਦੀ ਹੈ ਉੱਠੋ 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 ਮੈਂ ਰੋਟੀ ਬਣਾਉਣੀ ਹੈ, ਰੋਟੀ ਬਣਾਵਾਂ ਉੱਠੋ, ਕਹਿੰਦਾ ਮੈਂ ਕਿਹੜਾ ਤਵੇ 'ਤੇ ਸੁੱਤਾ ਹੋਇਆ।
ਬਿਲਕੁਲ ਸਹੀ ਹੈ। ਦੂਜੀ ਤੁਸੀਂ ਲੋਕਲ ਲੈਵਲ, ਪਰਸਨਲ ਲੈਵਲ ਤੋਂ, ਫੈਮਿਲੀ ਲੈਵਲ ਤੋਂ, ਫਿਰ ਤੁਸੀਂ ਆਪਣੀ ਸੁਸਾਇਟੀ, ਸਭਾ ਸੁਸਾਇਟੀਆਂ ਕੈਲਗਰੀ ਦੇ ਵਿੱਚ, ਉੱਥੇ ਤੁਸੀਂ ਵਿਚਰੇ। ਉਹ ਤੋਂ ਬਾਅਦ ਜੱਗ ਪੰਜਾਬੀ ਟੀਵੀ ਤੇ ਵੀ ਤੁਹਾਡੇ ਜਿਹੜੇ ਹੈਗੇ ਹਾਂ ਤੁਹਾਡੇ ਨਾਲ। ਮੈਂ 1 ਮਿੰਟ ਤੁਹਾਨੂੰ ਬ੍ਰੇਕ ਲਵਾਣੀ ਹੈ ਪਲੀਜ਼। ਹਾਂਜੀ ਹਾਂਜੀ। ਜੋ ਤੁਸੀਂ ਮਾਣ ਦਿੱਤਾ, ਪਿਆਰ ਦਿੱਤਾ, ਸਤਿਕਾਰ ਦਿੱਤਾ, ਇੱਥੇ ਆਪਾਂ ਰਿਕਾਰਡਿੰਗ ਕੀਤੀ ਔਰ ਉਹ ਇੰਨੀ ਵਾਇਰਲ ਹੋਈ ਹੈ ਨਾ, ਇੰਨੀ ਵਾਇਰਲ ਹੋਈ ਹੈ ਜਿਹਦਾ ਕੋਈ ਅੰਤ ਨਹੀਂ ਹੈਗਾ, ਚੁਗਦੇ ਚੁਟਕਲੇ ਤੇ। ਉਹਦੇ ਚੋਂ ਮੈਂ 1 ਚੁਟਕਲਾ ਸ਼ੇਅਰ ਕਰਨਾ, ਫਿਰ ਤੁਸੀਂ ਆਪਣਾ। ਇੱਕ ਮੈਂ ਚੁਟਕਲਾ ਸੁਣਾਇਆ ਸੀ ਇੱਥੇ ਤੁਹਾਡੇ ਇੱਥੇ, ਉਹ ਮੈਂ ਹੁਣੇ ਵੀ ਸੁਣਾਵਾਂਗਾ। ਤੇ ਦੋਸਤੋ, ਉਹ ਚੁਟਕਲਾ ਮੇਰੀ ਆਵਾਜ਼ ਲੈ ਕੇ 770 ਮੁੰਡੇ ਕੁੜੀਆਂ ਨੇ, ਅੱਛਾ, ਉਹ ਮੇਰੀ ਆਵਾਜ਼ ਤੇ ਉਹ ਚੁਟਕਲੇ ਬਣਾਏ ਨੇ। ਠੀਕ ਹੈ। ਉਹ ਟਿਕਟੋਕ ਤੇ ਆਉਂਦਾ ਹੈ। ਹਾਂਜੀ ਹਾਂਜੀ। ਔਰ ਉਹ ਚੁਟਕਲਾ ਇਹ ਸੀ ਕਿ ਸਹੁਰਾ ਆਪਣੀ ਜਵਾਈ ਨੂੰ ਕਹਿੰਦਾ, ਸਹੁਰਾ ਆਪਣੇ ਜਵਾਈ ਨੂੰ ਕਹਿੰਦਾ, ਤੈਨੂੰ ਹੀਰਿਆਂ ਵਰਗੀ, ਮੋਤੀਆਂ ਵਰਗੀ, ਕਰੋੜਾਂ ਰੁਪਇਆਂ ਦੀ ਧੀ ਦਿੱਤੀ ਹੈ। ਤੇ ਜਵਾਈ ਕਹਿੰਦਾ, ਉਹ ਗੱਲਾਂ ਛੱਡੋ, ਦੱਸੋ ਵਾਪਸ ਕਿੰਨੇ ਚ ਲੈਣੀ। ਚੁਟਕਲਾ ਇਹ ਬੜਾ ਵਧੀਆ ਸੀ। ਟਿਕਟੋਕ ਤੇ ਕਾਫੀ ਵੀਡੀਓਜ਼ ਆਈਆਂ ਨੇ ਬਹੁਤ, ਔਰ ਉਹ ਤੁਹਾਡੇ ਥਰੂ ਹੋਇਆ। ਉਹ ਜੱਗ ਪੰਜਾਬੀ ਵਾਲਿਆਂ ਨੇ ਇਹ ਰਿਕਾਰਡ ਕੀਤਾ ਸੀ ਤੇ ਉਹਦਾ ਬੜਾ ਚੰਗਾ ਲੱਗਿਆ। ਹਾਂਜੀ। ਤੇ ਉਹ ਜਦੋਂ ਵੀਡੀਓ ਚੱਲੀ ਤੇ ਮੈਂ ਵੇਖਿਆ ਕਿ ਬਾਕੀ ਚੈਨਲਸ ਨੇ ਵੀ, ਕੈਨੇਡਾ ਦੇ ਵਿੱਚ ਵੀ, ਈਵਨ ਕਿ PTC ਨੇ ਵੀ ਜਿਹੜੀ ਹੈਗੀ ਆ ਉਹ ਵੀਡੀਓ ਸਾਡੀ ਜਿਹੜੀ ਹੈਗੀ ਆ ਦੇਸ਼ ਪ੍ਰਦੇਸ਼ ਵਾਲਿਆਂ ਨੇ। ਓਕੇ, ਵੈਨਕੂਵਰ। ਹਾਂਜੀ, ਕੈਨੇਡਾ ਚ ਹੋ ਗਿਆ ਤੇ ਕੈਨੇਡਾ ਚ ਪੂਰੇ ਵਰਲਡ ਵਾਈਡ ਜਿਹੜੀ ਹੈਗੀ ਉਹ ਲੋਕਾਂ ਦੂਸਰੇ ਟੀਵੀ ਚੈਨਲ ਪ੍ਰੋਪਰ ਟੀਵੀ ਚੈਨਲ ਉਹਨਾਂ ਨੇ ਵੀ ਉਹਨਾਂ ਨੇ ਚਲਾਈਆਂ ਹਨਾ। ਹਾਂਜੀ ਹਾਂਜੀ। ਤੇ ਉਹਦੇ ਤੋਂ ਬਾਅਦ ਚ ਮੈਂ ਨੋਟ ਕਰ ਰਿਹਾ ਹੈਗਾ ਕਿ ਤੁਸੀਂ ਅੱਜ ਕੱਲ੍ਹ ਸੈਲੀਬ੍ਰਿਟੀ ਬਣ ਗਏ, ਤੁਸੀਂ ਸ਼ੋਜ਼ ਤੇ ਵੀ ਜਾ ਰਹੇ ਹੈ, ਕਦੇ ਵੈਨਕੂਵਰ, ਕਦੇ ਤੁਸੀਂ ਨਿਊਯਾਰਕ, ਕਦੇ ਵਾਸ਼ਿੰਗਟਨ, ਤੇ ਇਹ ਵੀ ਸਿਲਸਿਲਾ ਸ਼ੁਰੂ ਹੋ ਗਿਆ ਹੁਣ। ਦੋਸਤੋ, ਤੁਸੀਂ ਜ਼ਰੇ ਨੂੰ ਆਫਤਾਬ ਬਣਾ ਦਿੱਤਾ, ਮੈਂ ਕੁਛ ਨਹੀਂ ਹੈਗਾ, ਇਹ ਸਾਰੇ ਆਪਾਂ ਬਣ ਗਏ ਹਾਂ, ਸਾਡੇ ਬਣ ਗਏ ਹਾਂ। ਕਿਉਂਕਿ ਜਦੋਂ ਭੇਜਦੇ ਉਹ ਕਹਿੰਦੇ ਨੇ, ਉਹ ਤਾਂ ਸਾਡੇ ਸ਼ਹਿਰ ਦਾ, ਉਹ ਤਾਂ ਸਾਡਾ ਚਾਚਾ ਹੈ, ਸਾਡਾ ਮਾਮਾ ਹੈ, ਸਾਡਾ ਦੋਸਤ ਹੈ, ਸਾਡੀ ਉਹ ਸਾਡਾ ਬਣ ਗਿਆ। ਤੇ ਉਹਦੇ ਨਾਲ ਇੰਜ ਹੋਇਆ ਜੀ ਸਤਵਿੰਦਰ ਜੀ, ਕਿ ਆਲ ਆਫ ਏ ਸਡਨ ਆਊਟ ਆਫ ਦਾ ਬਲਿਊ ਮੈਨੂੰ ਕਾਲ ਆਈ ਟੋਰਾਂਟੋ ਤੋਂ, ਵੀ ਉੱਥੇ ਪ੍ਰੋਗਰਾਮ ਹੋ ਰਿਹਾ, 16 ਫੈਬਰੀ ਨੂੰ ਪ੍ਰੋਗਰਾਮ ਹੈਗਾ ਸੀ, ਤੇ ਉਹ ਕਹਿਣ ਲੱਗੇ ਜੀ ਤੁਸੀਂ ਆਓ ਸਾਡੇ ਕੋਲ। ਮੈਂ ਬੜਾ ਹੈਰਾਨ ਹੋਇਆ ਸੀ ਵੀ ਇਹ ਸੈਲੀਬ੍ਰਿਟੀ ਜਾਂ ਜੋ ਪਾਪੂਲੈਰਿਟੀ ਉਹ ਸਾਰਿਆਂ ਤੁਸਾਂ ਦਿੱਤੀ ਹੈ, ਤੇ ਮੈਂ ਜੋ ਮੈਨੂੰ ਤੁਸੀਂ ਮਾਣ ਦਿੱਤਾ ਹੈ, ਮੇਰਾ ਵੀ ਫਰਜ਼ ਬਣਦਾ ਕਿ ਤੁਹਾਨੂੰ ਉਹ ਵਾਪਸ ਦਿਆਂ। ਸੋ ਮੈਂ ਟੋਰਾਂਟੋ ਗਿਆ ਸੀ, ਫਿਰ ਟੋਰਾਂਟੋ ਤੋਂ ਮੈਂ ਵਾਸ਼ਿੰਗਟਨ ਚਲਾ ਗਿਆ ਸੀ। ਉੱਥੇ ਡਾਕਟਰ ਰਾਜਵੰਤ ਸਿੰਘ ਹੈਗੇ ਨੇ ਤੇ ਉਹਨਾਂ ਦੀ ਵਾਈਫ ਵੀ ਡਾਕਟਰ ਹੈ, ਉਹਨਾਂ ਨੇ ਇੱਕ ਅਰੇਂਜਮੈਂਟ ਕੀਤਾ ਸੀ ਤੇ ਉਹ 16 ਫੈਬਰੀ ਨੂੰ ਸੀ, ਤੇ ਇਹ ਹੁਣ ਨਿਊਯਾਰਕ ਵਿੱਚ ਆਪਣੇ ਗੁਰੂ ਨਾਨਕ ਦੇਵ ਜੀ ਦੇ 550 ਸਾਲ ਤੇ ਉੱਥੇ ਇੱਕ ਨਾ ਡਾਕੂਮੈਂਟਰੀ ਬਣਾ ਰਹੇ ਨੇ ਤਾਂ ਕਿ ਅਵੇਅਰਨੈਸ ਲਿਆਂਦੀ ਜਾਏ ਅਮੈਰੀਕਾ ਵਿੱਚ, ਖਾਸ ਕਰਕੇ ਵੀ ਗੁਰੂ ਨਾਨਕ ਕੌਣ ਸਨ ਸਾਡੇ। ਉੱਥੇ ਮੈਨੂੰ ਬੁਲਾਇਆ ਸੀ ਉਹਨਾਂ ਨੇ ਤੇ 17 ਮਾਰਚ ਨੂੰ ਮੈਂ ਉੱਥੋਂ ਹੋ ਕੇ ਹੀ ਆ ਰਿਹਾ ਤੇ ਬੜਾ ਮਾਣ ਮਿਲ ਰਿਹਾ, ਬੜਾ ਵਧੀਆ ਹੁੰਗਾਰਾ ਮਿਲਿਆ, ਪਿਆਰ ਮਿਲਿਆ, ਕਿਉਂਕਿ ਸਾਫ ਸੁਥਰੇ ਹਾਸੇ ਵੰਡਦੇ ਹਾਂ ਆਪਾਂ ਔਰ ਹਰ ਕੋਈ ਖੁਸ਼ ਹੁੰਦਾ ਉੱਥੇ। ਤੇ ਤੁਹਾਡੀ ਗੱਲ ਬਿਲਕੁਲ ਠੀਕ ਹੈ ਜੀ, ਇਹ ਮਾਣ ਮਿਲ ਰਿਹਾ। ਚਲੋ ਤਾਂ ਬਹੁਤ ਵਧੀਆ, ਅਸੀਂ ਅੱਗੇ ਵੀ ਆਸ ਕਰਦੇ ਸਾਡੇ ਕੈਲਗਰੀ ਦੀ ਸ਼ਖਸੀਅਤ ਜਿਹੜੀ ਹੈਗੀ ਹੈ ਵਰਲਡ ਵਾਈਡ ਜਾਵੇ ਫਿਲਮ, ਕਿਉਂਕਿ ਜਦੋਂ ਤੁਸੀਂ ਜਿੱਦਾਂ ਜਿੱਦਾਂ ਤੁਹਾਨੂੰ ਓਪਰਚੁਨਿਟੀ ਮਿਲਦੀ ਹੈ ਤੁਸੀਂ ਆਪਣੇ ਆਪ ਨੂੰ ਰਿਫਾਈਂਡ ਵੀ ਕਰਦੇ ਰਹਿੰਦੇ ਹੈਗੇ ਹੋ ਅਤੇ ਤੁਸੀਂ ਉਸ ਹਿਸਾਬ ਨਾਲ ਜਿਹੜਾ ਹੈਗਾ ਆਪਣੀ ਸਕ੍ਰਿਪਟ ਨੂੰ ਵੀ ਜਿਹੜਾ ਹੈਗਾ ਠੀਕ ਕਰਦੇ ਰਹਿੰਦੇ ਹੈਗੇ, ਨਵੀਂ ਨਵੀਂ ਚੀਜ਼ਾਂ ਐਡ ਕਰਦੇ ਰਹਿੰਦੇ ਹੋ। ਪਰ ਹਰ ਇੱਕ ਬੰਦੇ ਦਾ ਆਪਣਾ ਯੂਨੀਕ ਸਟਾਈਲ ਹੁੰਦਾ, ਜੱਜ ਕਮੇਡੀ ਕਿੰਗ ਆਪਾਂ ਕਪਿਲ ਸ਼ਰਮਾ ਦੀ ਗੱਲ ਕਰੀਏ ਤੋ ਲੈ ਦੇ ਕੇ ਦੇਖੀ ਤੇ ਗੱਲਾਂ ਤਾਂ ਕੁਛ ਵੀ ਨਹੀਂ ਕਰਦਾ ਹੈਗਾ, ਬਿਲਕੁਲ ਬਿਲਕੁਲ ਹਾਸੇ ਮਜ਼ਾਕ ਜੇ ਕਰਕੇ, ਛੇੜਖਾਨੀਆਂ ਜਿਹੀਆਂ ਕਰਕੇ ਅਤੇ ਉਹਦੇ ਵਿੱਚ ਉਹਦੇ ਘੰਟੇ ਦਾ ਪ੍ਰੋਗਰਾਮ ਕਰ ਦਿੰਦਾ ਅਤੇ ਕਰੋੜਾਂ ਲੋਕ ਉਹਦੇ ਐਟ ਏ ਟਾਈਮ ਉਹਦਾ ਪ੍ਰੋਗਰਾਮ ਦੇਖਦੇ ਹੁੰਦੇ ਨੇ। ਬਿਲਕੁਲ ਠੀਕ ਹੈ। ਉਹ ਇੱਕ ਤੁਹਾਡਾ ਵੇ ਆਫ ਜਿਹੜਾ ਹੈਗਾ ਵੀ ਕਮਿਊਨੀਕੇਸ਼ਨ ਹੁੰਦਾ ਹੈਗਾ ਕਿ ਕਿਸ ਤਰ੍ਹਾਂ ਤੁਸੀਂ ਲੋਕਾਂ ਦੇ ਨਾਲ ਜ਼ਿਆਦਾ ਕੁਨੈਕਟ ਕਰਦੇ ਹੈਗੇ ਹੋ ਅਤੇ ਲੋਕ ਤੁਹਾਡੀ ਗੱਲ ਸੁਣ ਕੇ ਜਿਹੜਾ ਖੁਸ਼ ਹੁੰਦੇ ਨੇ। ਹਾਂਜੀ ਹਾਂਜੀ। ਜਾਂਦੇ ਜਾਂਦੇ ਮੈਂ ਜ਼ਰੂਰ ਆਪਣੇ ਦਰਸ਼ਕਾਂ ਵਾਸਤੇ ਤੁਹਾਡੇ ਕੋਲ ਕੁਛ ਨਵੀਆਂ ਚੀਜ਼ਾਂ ਸੁਣਨਾ ਚਾਹਾਂਗਾ, ਜੇ ਤੁਸੀਂ ਕੁਛ ਸੁਣਾਓ।
ਕੋਈ ਧੰਨਵਾਦ ਜੀ, ਬਹੁਤ 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 ਪਿਆਰ ਦਿੱਤਾ ਔਰ ਗੱਲ ਤੁਹਾਡੀ ਠੀਕ ਹੈ ਵੀ ਉਹ ਥੋੜ੍ਹਾ ਜਿਹਾ ਥੋੜ੍ਹੀ ਜਿਹੀ ਮਿਹਨਤ ਤਾਂ ਕਰਨੀ ਪੈਂਦੀ ਹੈ ਨਾ, ਜਦੋਂ ਕੋਈ ਕਹੇ ਵੀ ਪ੍ਰੋਗਰਾਮ ਹੈਗਾ ਤੇ ਉਹਦੇ ਵਾਸਤੇ ਥੋੜ੍ਹੀ ਤਿਆਰੀ ਕਰਨੀ ਵੀ ਚਾਹੀਦੀ ਹੈ, ਤੇ ਫਿਰ ਇਹ ਵੀ ਖਿਆਲ ਰੱਖਣਾ ਪੈਂਦਾ ਵੀ ਕਿਸ ਤਰ੍ਹਾਂ ਦੇ ਆਡੀਅੰਸ, ਕਿਸ ਤਰ੍ਹਾਂ ਦੇ ਮਾਹੌਲ ਵਿੱਚ ਤੁਸੀਂ ਜਾ ਰਹੇ ਹੋ, ਤੇ ਉਦਾਂ ਦੇ ਸੁਣਾਉਣੇ ਚਾਹੀਦੇ ਨੇ। ਪਰ ਹਰ ਤਰ੍ਹਾਂ ਦੇ ਚੁਟਕਲੇ ਆਉਂਦੇ ਨੇ, ਸ਼ਰਾਬੀਆਂ ਦੇ, ਵਕੀਲਾਂ ਦੇ, ਡਾਕਟਰਾਂ ਦੇ, ਪਤੀ ਪਤਨੀਆਂ ਦੇ, ਬੱਚਿਆਂ ਦੇ, ਸਭ ਦੇ ਹੁੰਦੇ ਨੇ, ਪਰ ਉਹ ਬੜਾ ਵਧੀਆ ਲੱਗਦਾ। ਉਹ ਜੀ ਇੱਕ ਨਾ ਬਲਦ ਨੇ ਸ਼ੇਰ ਨੂੰ ਬੁਲਾ ਲਿਆ ਸ਼ਾਮ ਨੂੰ। ਅੱਛਾ। ਬਲਦ ਨੇ ਸ਼ੇਰ ਨੂੰ ਬੁਲਾ ਲਿਆ ਸ਼ਾਮ ਨੂੰ ਬਈ ਡਰਿੰਕ ਲਵਾਂਗੇ। ਉਹਨੇ ਬੋਤਲ ਖੋਲੀ, ਸ਼ੇਰ ਨੇ ਬੋਤਲ ਖੋਲੀ ਤੇ ਉਹ ਪੀਣ ਲੱਗ ਪਏ। ਜਦੋਂ ਦੋ ਦੋ ਪੈਗ ਹੀ ਲਾਏ ਨਾ ਤੇ ਸ਼ੇਰ ਕਹਿੰਦਾ ਚੰਗਾ ਬਈ ਮੈਂ ਚੱਲਦਾ, ਤੇ ਬਲਦ ਕਹਿਣ ਲੱਗਿਆ ਹੱਦ ਹੋ ਗਈ ਯਾਰ, ਹਾਲੇ ਹੁਣ ਤਾਂ ਬੋਤਲ ਖੋਲੀ ਹਾਲੇ ਅੱਧੀ ਪਈ ਹੈ। ਕਹਿੰਦਾ ਨਹੀਂ ਯਾਰ, ਤੂੰ ਤਾਂ ਘਰ ਜਾਏਗਾ ਤੇ ਤੇਰਾ ਵਾਹ ਤਾਂ ਗਊ ਨਾਲ ਪੈਣਾ ਨਾ, ਤੇ ਮੈਨੂੰ ਤਾਂ ਸ਼ੇਰਨੀ ਦਾ ਸਾਹਮਣਾ ਕਰਨਾ ਪੈਣਾ। ਇਸ ਕਰਕੇ ਉਹਦੇ ਪਿੱਛੇ ਦਾ ਵੀ ਖਿਆਲ ਹੈਗਾ ਵੀ ਨੈਚੁਰਲੀ ਜੀ ਖਿਆਲ ਰੱਖਣਾ ਹੀ ਪੈਂਦਾ ਜੀ। ਇੱਕ ਵਾਰੀ ਇਸ ਤਰ੍ਹਾਂ ਹੋਇਆ ਜੀ, ਇੱਕ ਮੱਛਰ ਸੀ ਪੈਦਾ ਹੋਇਆ, ਜਦੋਂ ਮੱਛਰ ਪੈਦਾ ਹੋਇਆ ਨਾ ਤੇ ਉਹਨੂੰ ਖੰਭ ਲੱਗ ਗਏ, ਜਵਾਨ ਹੋ ਗਿਆ ਤੇ ਉਹ ਪਹਿਲੀ ਵਾਰੀ ਰਾਤ ਨੂੰ ਜਾ ਰਿਹਾ ਸੀ। ਜਦੋਂ ਗਿਆ ਤੇ ਦੂਜੇ ਦਿਨ ਸਵੇਰੇ ਆਇਆ ਤੇ ਉਹਦੇ ਡੈਡੀ ਨੇ ਪੁੱਛਿਆ ਵੀ ਤੇਰਾ ਪਹਿਲਾ ਤਜਰਬਾ ਕਿਹੋ ਜਿਹਾ ਰਿਹਾ। ਕਹਿੰਦਾ ਜੀ ਬਹੁਤ ਵਧੀਆ, ਮੈਂ ਜਦੋਂ ਗਿਆ ਤੇ ਸਾਰਿਆਂ ਨੇ ਮੇਰਾ ਤਾਲੀਆਂ ਮਾਰ ਮਾਰ ਕੇ ਸਵਾਗਤ ਕੀਤਾ। ਬਿਲਕੁਲ ਸਹੀ ਗੱਲ ਹੈਗੀ ਹੈ, ਇਹ ਸ਼ੁਗਲ ਜਿਹਾ ਬਣਿਆ ਹੁੰਦਾ ਜੀ। ਇੱਕ ਮੈਂ ਜਾਂਦੇ ਜਾਂਦੇ ਤੁਹਾਡੇ ਕੋਲ ਗੱਲ ਜ਼ਰੂਰ ਪੁੱਛਾਂਗੇ, ਕਿਉਂਕਿ ਜਿਹੜੀ ਅਸੀਂ ਚੁਟਕਲਿਆਂ ਦੀ ਗੱਲ ਕਰਦੇ ਹੈਗੇ ਹਾਂ ਨਾ, ਇਹ ਜ਼ਿੰਦਗੀ ਦੇ ਵਿੱਚ ਘਟਨਾਵਾਂ ਹੁੰਦੀਆਂ ਨੇ, ਉਹਨਾਂ ਨੂੰ ਆਪਾਂ ਥੋੜ੍ਹਾ ਜਿਹਾ ਵਧਾ ਚੜਾ ਕੇ ਪੇਸ਼ ਕਰਦੇ ਨੇ ਤੇ ਯੋਗ ਬਣ ਜਾਂਦਾ ਹੈਗਾ। ਜੇ ਆਪਾਂ ਰੀਅਲ ਲਾਈਫ ਦੀ ਗੱਲ ਕਰੀਏ, ਕਦੀ ਜ਼ਿੰਦਗੀ ਦੇ ਵਿੱਚ ਤੁਹਾਡੇ ਨਾਲ ਵੀ ਚੁਟਕਲਾ ਵਾਪਰਿਆ ਹੈਗਾ ਕਿ ਉਦੋਂ ਤਾਂ ਬੜੀ ਸੀਰੀਅਸ ਗੱਲ ਹੁੰਦੀ ਵੀ ਬਾਅਦ 'ਚ ਆਪਾਂ ਉਹਨੂੰ ਵੀ ਜੋਕ ਦੇ ਤੌਰ 'ਤੇ ਸੁਣਾਉਂਦੇ ਹੈਗੇ ਮੇਰੇ ਨਾਲ ਕੋਈ ਐ ਹੋਇਆ। ਬਹੁਤ ਸੋਹਣੀ ਗੱਲ ਕਹੀਏ, ਅਸਲ ਹੀ ਨਾ ਮੇਰਾ ਸੁਭਾਅ ਹੀ ਇਹੋ ਜਿਹਾ ਹੈਗਾ। ਜਿਵੇਂ ਕਹਿੰਦੇ ਨੇ ਨਾ, ਲੋਕ ਸੰਜੀਦਾ ਮੇਰੇ ਜਾਲ ਮੈਂ ਕੰਮ ਫਸਤੇ ਹੈ, ਆਪ ਤੋਂ ਸਮਝਦਾਰ ਹੈ ਜੋ ਹੱਸਦੇ ਹੈ। ਹੁਣ ਇਹੋ ਜਿਹਾ ਸੁਭਾਅ ਹੋਵੇ ਨਾ ਤੇ ਫਿਰ ਉਹਦਾ ਦਿਮਾਗ ਹਰ ਵਕਤ ਚੁਟਕਲੇ ਲੱਭਦਾ ਰਹਿੰਦਾ। ਮੈਂ ਤੁਹਾਨੂੰ ਆਪਣੀ ਪਰਸਨਲ ਗੱਲ ਦੱਸਦਾ, ਇੱਕ ਵਾਰੀ ਮੇਰੀ ਵਾਈਫ, ਮੇਰੀ ਪਤਨੀ ਨਾ ਲੈਪਟਾਪ ਤੇ ਬੈਠੀ ਹੋਈ ਸੀ ਤੇ ਮੈਨੂੰ ਆ ਕੇ ਕਹਿੰਦੀ ਹੈ ਕਿ ਇਹ ਲੈਪਟਾਪ ਦਾ ਮਾਊਸ ਡੈਡ ਹੋ ਗਿਆ। ਅੱਛਾ। ਮਾਊਸ ਡੈਡ ਹੋ ਗਿਆ ਤੇ ਮੈਂ ਆਪਣੇ ਸੁਭਾਅ ਮੁਤਾਬਕ ਇਹ ਕਹਿ ਬੈਠਾ ਬਿੱਲੀ ਦੇ ਪੰਜੇ ਵਿੱਚ ਹੋਰ ਕਿੰਨੀ ਕੁ ਦੇਰ ਜੀਂਦਾ ਰਹਿੰਦਾ। ਉਹ ਫਿਰ ਮੇਰੇ ਦੋਸਤ ਪੁੱਛਦੇ ਨੇ ਅੱਛਾ ਫਿਰ ਕੀ ਹੋਇਆ ਸੀ, ਮੈਂ ਕਿਹਾ ਹੋਣਾ ਕੀ ਸੀ, ਦਸ਼ਮੇਸ਼ ਕਲਚਰ ਸੈਂਟਰ ਨਾਲ ਹੈ, ਰਾਤ ਦਾ ਲੰਗਰ ਉੱਥੇ ਹੀ ਖਾਧਾ ਸੀ। ਬਿਲਕੁਲ ਸਹੀ ਹੈ। ਤੇ ਸਰਦਾਰ ਤਰਲੋਚ ਸਿੰਘ ਚੁੱਗ ਜੀ, ਤੁਹਾਡਾ ਬਹੁਤ ਬਹੁਤ ਧੰਨਵਾਦ, ਤੁਸੀਂ ਸਾਡੇ ਸਟੂਡੀਓ ਦੇ ਵਿੱਚ ਆਏ ਤੇ ਗੱਲਾਂ ਬਾਤਾਂ ਸਾਂਝੀਆਂ ਕੀਤੀਆਂ, ਆਪਣੀ ਜ਼ਿੰਦਗੀ ਦੇ ਸਫ਼ਰ ਦੀ ਜਿਹੜੀ ਹੈ ਸਾਂਝ ਤੁਸੀਂ ਸਾਡੇ ਨਾਲ ਕੀਤੀ, ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਧੰਨਵਾਦ ਤੁਹਾਡਾ ਸਤਵਿੰਦਰ ਜੀ, ਤੁਸੀਂ ਹਮੇਸ਼ਾ ਹੀ ਬੜਾ ਮਾਣ ਦਿੰਦੇ ਹੋ, ਮੈਨੂੰ ਬਹੁਤ ਚੰਗਾ ਲੱਗਿਆ, ਬਹੁਤ ਹਾਸੇ ਮਜ਼ਾਕ ਦੀਆਂ ਗੱਲਾਂ ਹੋਈਆਂ ਨੇ। ਸੋ ਸਾਥੀਓ ਥੈਂਕ ਯੂ ਸੋ ਮਚ, ਹੱਸਦੇ ਰਹੋ, ਹਸਾਉਂਦੇ ਰਹੋ। ਧੰਨਵਾਦ ਜੀ, ਪਿਆਰ ਪਿਆਰ ਸਤਿ ਸ਼੍ਰੀ ਅਕਾਲ, ਸਤਿ ਸ਼੍ਰੀ ਅਕਾਲ।